12 ਜਨਵਰੀ 2022 ਦਿਨ ਬੁੱਧਵਾਰ ਸੈਮੀ ਆਮੂ ਕੈਰਜ਼ੀ ਅਤੇ ਕਵਾਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸ੍ਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਲਾ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਜੀ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਇਸ ਪ੍ਰੋਗਰਾਮ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ ਹਮੇਸ਼ਾ ਹੀ ਤਰ੍ਹਾਂ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗੇਟਵੇ ਪੀਜ਼ਾ ਐਂਡ ਸਵੀਟਸ ਦਾ ਅੰਪਾਇਰ ਬੈਂਕਟ ਹਾਲ ਅਤੇ ਇੱਕਵੇਂ ਟ੍ਰਾਂਸਪੋਰਟ ਲਿਮਟਿਡ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੀਆਂ ਕੈਨੇਡਾ ਸਰਕਾਰ ਕੀ ਸੋਚ ਰਹੀ ਹੈ ਕਿ ਜਿਹਨਾਂ ਲੋਕਾਂ ਨੇ ਟੀਕੇ ਨਹੀਂ ਲਵਾਏ ਕੀ ਉਹਨਾਂ ਨੂੰ ਜੁਰਮਾਨਾ ਲਾਇਆ ਜਾ ਸਕਦਾ ਇਹਦੇ ਨਾਲ ਹੀ ਛੋਟੀਆਂ ਵੱਡੀਆਂ ਕੰਪਨੀਆਂ ਨੂੰ ਜੋ 60000 ਡਾਲਰ ਦੀ امدਾਦ ਕੈਨੇਡਾ ਸਰਕਾਰ ਵੱਲ ਦਿੱਤੀ ਗਈ ਸੀ ਉਹਨੂੰ ਇੱਕ ਸਾਲ ਵਾਸਤੇ ਹੋਰ ਅਗਾਹ ਕਰ ਦਿੱਤਾ ਗਿਆ ਵਿਆਜ ਜਿਹੜਾ ਨਹੀਂ ਦੇਣਾ ਪੈਣਾ ਤੇ ਨਾਲ ਹੀ ਆਪਾਂ ਗੱਲਬਾਤ ਕਰਦੀਆਂ ਭਾਜਪਾ ਦੇ ਵੱਡੇ ਆਗੂਆਂ ਦੀ ਜਿਨ੍ਹਾਂ ਨੇ ਚੰਨੀ ਸਰਕਾਰ ਦੇ ਉੱਤੇ ਦੂਜਾ ਵੱਡਾ ਹਮਲਾ ਅੱਜ ਬੋਲਿਆ ਹੈ ਦੇ ਦਾਨਮੀ ਟਕਸਾਲ ਦੇ ਸਲਾਹਕਾਰ ਮਜੀਠੀਆ ਦੇ ਸਲਾਹਕਾਰ ਪ੍ਰੋਫੈਸਰ ਸਰਚਾਨ ਸਿੰਘ ਸਮੇਤ ਅੱਜ ਪੰਜਾਬ ਚੋਂ ਕਈ ਹੋਰ ਜਣੇ ਭਾਜਪਾ ਦੇ ਵਿੱਚ ਰਲ ਗਏ ਆ ਉਹਨਾਂ ਦੀ ਆਪਾਂ ਗੱਲਬਾਤ ਕਰਦਿਆਂ ਤੇ ਨਾਲੇ ਗੱਲਬਾਤ ਕਰਾਂਗੇ ਕਿਸਾਨ ਆਗੂਆਂ ਵੱਲੋਂ ਜਿਹੜੀ ਬਣਾਈ ਗਈ ਪਾਰਟੀ ਆ ਸੰਯੁਕਤ ਸਮਾਜ ਮੋਰਚਾ ਉਹਨਾਂ ਵੱਲੋਂ ਐਲਾਨੇ ਉਮੀਦਵਾਰਾਂ ਦੀ ਤੇ ਆਸ ਵਿੱਚ ਚੱਲਦੀ ਕੈਂਸ ਕੈਂਸ ਦੀ ਅਖੀਰ ਦੇ ਵਿੱਚ ਗੱਲ ਕਰਾਂਗੇ ਕਾਂਗਰਸੀਆਂ ਦੀ ਜਿਹੜੇ ਕਿ ਹੁਣ ਮੰਗ ਕਰ ਰਹੇ ਆ ਕਿ ਕਾਂਗਰਸ ਨੂੰ ਵੀ ਮੁੱਖ ਮੰਤਰੀ ਦਾ ਚਿਹਰਾ ਐਲਾਨ ਦੇਣਾ ਚਾਹੀਦਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਦੇ ਵਿੱਚ ਵਾਪਸ ਮੁੜਦੇ ਹਾਂ ਜੀ ਪ੍ਰੋਗਰਾਮ ਦਾ ਸੋਤਾ ਸ਼ੋਚਕ ਵਰਫੇਰ ਤੁਹਾਡਾ ਸਭ ਦਾ ਨਿਗਾ ਸਵਾਗਤ ਗੱਲ ਦੀ ਸ਼ੁਰੂਆਤ ਕਰਦੇ ਹਾਂ ਪ੍ਰਧਾਨ ਮੰਤਰੀ ਜਸਨ ਟੂਰ ਹੋਣਾਂ ਦੇ ਬਿਆਨ ਤੋਂ ਹੋਇਆ ਇਸ ਤਰ੍ਹਾਂ ਕਿ ਇੱਕ ਪ੍ਰੈਸ ਕਾਨਫਰੰਸ ਨੂੰ ਜਸਨ ਟੂਰ ਹੋਣੇ ਸੰਬੋਧਨ ਕਰ ਰਹੇ ਸੀ ਤੇ ਉੱਥੇ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਜਿਵੇਂ ਕਿ ਵੈਕ ਦੇ ਵਿੱਚ ਉੱਥੋਂ ਦੇ ਪ੍ਰੀਮੀਅਰ ਨੇ ਐਲਾਨ ਕਰ ਦਿੱਤਾ ਕਿ ਜਿਹੜੇ ਲੋਕਾਂ ਨੇ ਵੈਕਸੀਨ ਨਹੀਂ ਲਵਾਏ ਉਹਨਾਂ ਦੇ ਉੱਤੇ ਕੋਈ ਜੁਰਮਾਨਾ ਜਾਂ ਕੋਈ ਟੈਕਸ ਜਿਹੜਾ ਲਾਇਆ ਜਾਣਾ ਆ ਜਿਸ ਦੇ ਬਾਰੇ ਉਹ ਜਲਦੀ ਹੀ ਕੋਈ ਕਾਨੂੰਨ ਜਾਂ ਸੂਲ ਜਿਹੜਾ ਉਹ ਲਿਆ ਰਹੇ ਆ ਤਾਂ ਕੀ ਕੈਨੇਡਾ ਸਰਕਾਰ ਵੀ ਇਸ ਤਰ੍ਹਾਂ ਕਰ ਸਕਦੀ ਹੈ ਤੇ ਇਸ ਦੇ ਜਵਾਬ ਦੇ ਵਿੱਚ ਜਸਟਨ ਟੂਟਨ ਨੇ ਨਾ ਨਹੀਂ ਕਹੀ ਤੇ ਇਹ ਅਕ ਲਖਿਆ ਕਿ ਉਹ ਇਸ ਬਾਰੇ ਵਿਚਾਰ ਕਰ ਰਹੇ ਆ ਇਹਦਾ ਵੱਡਾ ਮੁੱਦਾ ਆ ਉਹਨਾਂ ਦੇ ਕਹਿਣ ਦੇ ਮੁਤਾਬਕ ਹੈਲਥ ਫੈਕਟਰ ਨੂੰ ਪੜ੍ਹਨਾ ਪੈਣਾ ਨਾਲ ਦੀ ਨਾਲ ਇਹ ਵੀ ਦੇਖਣਾ ਪੈਣਾ ਕਿ ਚਾਰਟਰ ਆਫ ਰਾਈਟਸ ਜੋ ਕਿ ਕੈਨੇਡਾ ਦੇ ਵਿੱਚ ਹਰੇਕ ਵਾਸੀ ਨੂੰ ਮਨੁੱਖੀ ਅਧਿਕਾਰਾਂ ਦੀ ਖੋਲ੍ਹ ਦਿੰਦਾ ਆ ਇਪੋਤੇ ਅਧੀਨ ਅਜਿਹਾ ਕੀਤਾ ਵੀ ਜਾ ਸਕਦਾ ਹੈ ਪਰ ਇਹ ਗੱਲ ਜ਼ਰੂਰ ਹੈ ਕਿ ਇਹ ਗਲ ਵਿਚਾਰ ਦੀ ਨਹੀਂ ਹੈ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਉਹ ਬਹੁਤ ਗਿਣਤੀ ਚ ਕਹ ਲੋ ਵੀ ਤਕਰੀਬਨ 80% ਤੋਂ ਉੱਪਰ ਲੋਕ ਟੀਕੇ ਜਿਹੜੇ ਲਵਾ ਚੁੱਕੇ ਆ ਉਹਨਾਂ ਵਿੱਚੋਂ ਕਈਆਂ ਦੀ ਇਹ ਮੰਗ ਹੈ ਕਿ ਅਸੀਂ ਟੀਕੇ ਲਵਾ ਚੁੱਕੇ ਆ ਜੋ ਸਰਕਾਰ ਕਹਿੰਦੀ ਆ ਉਹ ਕਰ ਰਹੇ ਆ ਪਰ ਕੁਝ ਲੋਕ ਜਿਹੜੇ ਟੀਕੇ ਨਹੀਂ ਲਵਾ ਰਹੇ ਉਹਨਾਂ ਦੇ ਕਰਕੇ ਦੁਬਾਰਾ ਕਰੋਨਾ ਫੈਲਦਾ ਹਸਪਤਲ ਭਰਦੇ ਆ ਉਹਨਾਂ ਦਾ ਜਿਹੜਾ ਬੋਝ ਆ ਉਹ ਵੀ ਸਾਡੇ ਦੇ ਉੱਤੇ ਪੈਂਦਾ ਇਸ ਕਰਕੇ ਕੁਝ ਨਾ ਕੁਝ ਨੂੰ ਹੁੰਦਾ ਕੀਤਾ ਜਾਵੇ ਸੋਕਾ ਬੈਕ ਦੇ ਵਿੱਚ ਇਹ ਗੱਲ ਲੈ ਜਾਂਦੀ ਗਈ ਕਿ ਜਿਹਨਾਂ ਲੋਕਾਂ ਨੇ ਵੈਕਸੀਨ ਨਹੀਂ ਲਵਾਇਰ ਉਹਨੂੰ ਜੁਰਮਾਨਾ ਹੋਊਗਾ ਹੁਣ ਕੈਨੇਡਾ ਸਰਕਾਰ ਦੇ ਉੱਤੇ ਵੀ ਦਬਾਅ ਇਸ ਗੱਲ ਨੂੰ ਵੱਧ ਰਿਹਾ ਆ ਕਿ ਜਿਹੜੇ ਲੋਕ ਵੈਕਸੀਨ ਨਹੀਂ ਲਵਾ ਰਹੇ ਜਾਣ ਬੁੱਝ ਕੇ ਉਹਨਾਂ ਦੇ ਉੱਤੇ ਕੋਈ ਟੈਕਸ ਜਾਂ ਕੋਈ ਜੁਰਮਾਨਾ ਲਾਇਆ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗੱਲ ਇਸ ਪਾਸੇ ਨੂੰ ਗੱਲ ਜਿਹੜੀ ਆ ਵੱਧ ਸਕਦੀ ਹੈ ਪ੍ਰਧਾਨ ਮੰਤਰੀ ਜਸਨ ਟ੍ਰੂਡੋ ਨੇ ਕਿਹਾ ਕਿ ਅਸੀਂ ਜੋ ਵੀ ਕਰਦੇ ਆਂ ਸਲਾਹ ਕਰਕੇ ਕਰਦੇ ਆਂ ਪਰ ਤੁਹਾਨੂੰ ਇਹ ਦੱਸ ਦਈਏ ਕਿ ਪੂਰੀ ਦੁਨੀਆ ਦੇ ਵਿੱਚ ਪਾਬੰਦੀਆਂ ਜਿਹੜੀਆਂ ਵਧਣ ਜਾ ਰਹੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਨਾਰਥ ਅਮਰੀਕਾ ਅਤੇ ਯੂਰਪ ਦੇ ਵਿੱਚ ਇਸ ਸਬੰਧੀ پابੰਦੀਆਂ ਵਧਣਗੀਆਂ ਖਾਸ ਕਰਕੇ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਕੇਟੀਕੇ ਜਿਹੜੇ ਆਹੋ ਨਹੀਂ ਲਵਾਏ ਕੱਲ੍ਹ ਇੱਕ ਬੋਕ ਦੇ ਵਿੱਚ ਇਹ ਐਲਾਨ ਕੀਤਾ ਗਿਆ ਕਿ ਜੁਰਮਾਨੇ ਜਿਹੜੇ ਲੱਗ ਸਕਦੇ ਆ ਮੈਡੀਕਲ ਦਾ ਬਿੱਲ ਜਿਹੜਾ ਉਹ ਨਹੀਂ ਪੇ ਕੀਤਾ ਜਾਊਗਾ ਸਰਕਾਰ ਵੱਲੋਂ ਜਿਨ੍ਹਾਂ ਲੋਕਾਂ ਨੇ ਟੀਕੇ ਨਹੀਂ ਲਵਾਏ ਜਦੋਂ ਇਹ ਚਰਚਾ ਚੱਲਦੀ ਆ ਤਾਂ ਨਾਲ ਹੀ ਇੱਕ ਬਕ ਦੇ ਵਿੱਚ ਅਪਾਇੰਟਮੈਂਟਾਂ ਵੰਡੀਆਂ ਸ਼ੁਰੂ ਹੋ ਗਈਆਂ ਉਹਨਾਂ ਦੀ ਗਿਣਤੀ ਵਧ ਗਈ ਲੋਕ ਕਤਾਰਾਂ ਦੇ ਵਿੱਚ ਲੱਗ ਗਏ ਜਿਨ੍ਹਾਂ ਨੇ ਟੀਕੇ ਨਹੀਂ ਲਵਾਏ ਜਿਹੜਾ ਡਰ ਦਿੱਤਾ ਗਿਆ ਉਹ ਕਿਤੇ ਨਾ ਕਿਤੇ ਕੰਮ ਕਰ ਰਿਹਾ ਪਰ ਨਾਲ ਦੀ ਨਾਲ ਗੱਲ ਜਿਹੜੀ ਮਨੁੱਖੀ ਅਧਿਕਾਰ ਕਾਰਕੁਨ ਕਰ ਰਹੇ ਆ ਉਹ ਕਹਿੰਦੇ ਵੀ ਜੇ ਕੋਈ ਟੀਕਾ ਨਹੀਂ ਲਗਾਉਣਾ ਚਾਹੁੰਦਾ ਤੇ ਇਹ ਉਹਦਾ ਆਪਣਾ ਮਨੁੱਖੀ ਅਧਿਕਾਰ ਆ ਉਹਨੂੰ ਆਜ਼ਾਦੀ ਹੋਣੀ ਚਾਹੀਦੀ ਆ ਚਾਰਟਰ ਰਾਈਟਸ ਇਸ ਗੱਲ ਦੀ ਜਾਚ ਦਿੰਦਾ ਆ ਕਿ ਉਸ ਨੂੰ ਖੋਲਿਆ ਵੀ ਟੀਕਾ ਲਵਾਵੇ ਜਾਂ ਨਾ ਲਵਾਵੇ ਸੋ ਇਹ ਵਿਸ਼ਾ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਬਹਿਸ ਦਾ ਵਿਸ਼ਾ ਬਣ ਸਕਦਾ ਜੀ ਇਸ ਦੇ ਨਾਲ ਹੀ ਅੱਜ ਕੈਨੇਡਾ ਸਰਕਾਰ ਨੇ ਵਪਾਰੀਆਂ ਨੂੰ ਬਹੁਤ ਵੱਡੀ ਰਾਹਤ ਜਿਹੜੀ ਇਹ ਦਿੱਤੀ ਆ ਤੁਸੀਂ ਜਾਣਦੇ ਹੋਵੋਗੇ ਸ਼ਾਇਦ ਕਿ ਜਿਹੜੀਆਂ ਛੋਟੀਆਂ ਵੱਡੀਆਂ ਕੰਪਨੀਆਂ ਆ ਜਿਹਦੇ ਵਿੱਚ ਕਿ ਥੋੜੇ ਵੀ EMPLOYEE ਕੰਮ ਕਰਦੇ ਸੀਗੇ ਕੈਨੇਡਾ ਸਰਕਾਰ ਨੇ ਉਹਨਾਂ ਨੂੰ ਪਹਿਲਾਂ 40000 ਡਾਲਰ ਕਰਜ਼ਾ ਦਿੱਤਾ ਸੀ ਉਸ ਤੋਂ ਬਾਅਦ ਕੁਝ ਮਹੀਨੇ ਬਾਅਦ 20000 ਡਾਲਰ ਕਰਜ਼ਾ ਜਿਹੜਾ ਹੋਰ ਦੇ ਦਿੱਤਾ ਸੀਗਾ ਨਾਲ ਹੀ ਐਲਾਨ ਇਹ ਵੀ ਕੀਤਾ ਸੀਗਾ ਕਿ ਇਹ ਕਰਜ਼ਾ ਜਿਹੜਾ ਆ 31 ਦਸੰਬਰ 2022 ਯਾਨੀ ਕਿ ਜਿਹੜਾ ਆ ਸਾਲ ਆ ਇਹਦੇ ਖੀਰ ਤੱਕ ਇਹਦੇ ਉੱਤੇ ਕੋਈ ਵੀ ਵਿਆਜ ਨਹੀਂ ਦੇਣਾ ਪੈਣਾ ਤੇ ਇਹਦੇ ਵਿੱਚੋਂ ਤੀਜਾ ਹਿੱਸਾ ਮਾਫ ਹੋ ਜਾਣਾ ਸੋ ਕੁੱਲ 60000 ਡਾਲਰ ਜਿਹੜਾ ਆ ਜੇ ਲੋਕ ਮਿੱਥੇ ਸਮੇਂ ਦੇ ਵਿੱਚ 31 ਦਸੰਬਰ 2022 ਤੱਕ ਮੋੜ ਦਿੰਦੇ ਆ ਤਾਂ ਉਹਨਾਂ ਨੂੰ ਪੂਰਾ 60000 ਨਹੀਂ ਮੋੜਨਾ ਪੈਣਾ 40000 ਡਾਲਰ ਹੀ ਮੋੜਨਾ ਪੈਣਾ 20000 ਡਾਲਰ ਜਿਹੜੀ ਆ ਉਹਨਾਂ ਦੇ ਵਾਸਤੇ ਪੱਕੀ ਮਦਦ ਹੋ ਜਾਣੀ ਆ ਹੁਣ ਕੀ ਕੀਤਾ ਕੈਨੇਡਾ ਸਰਕਾਰ ਨੇ ਕਿ ਕਹਿੰਦੇ ਹੱਲੇ ਵੀ ਜਿਹੜੇ ਬਿਜ਼ਨੈਸ ਹੈਗੇ ਐ ਜੂਝ ਰਹੇ ਐ ਇਸ ਗੱਲ ਦੇ ਨਾਲ ਕਿਉਂਕਿ ਕਰੋਨਾ ਕਿਤੇ ਗਿਆ ਨਹੀਂ ਪ੍ਰਭਾਵਿਤ ਹੁੰਦੇ ਆ ਇਸ ਕਰਕੇ ਜਿਹੜਾ ਪੈਸਾ ਮੋੜਨ ਦੀ ਜਿਹੜੀ ਸ਼ਰਤ ਆ ਮਿਆਦ ਆ ਉਹ 1 ਸਾਲ ਹੋਰ ਵਧਾ ਦਿੱਤੀ ਗਈ ਹੈ ਸੋ ਮਤਲਬ ਕਿ ਹੁਣ ਜਿਹੜਾ ਲੋਕਾਂ ਨੇ ਪੈਸੇ ਲਏ ਆ 60000 ਡਾਲਰ ਕੰਪਨੀਆਂ ਦੇ ਥਰੂ ਜਿਹਨਾਂ ਕੋਈ ਇੱਕ ਤੋਂ ਵੱਧ ਕੰਪਨੀਆਂ ਆ ਉਹਨਾਂ ਨੇ ਵੱਧ ਵੀ ਲਏ ਆ ਸੋ ਉਹ بجائے ਕਿ ਉਹ 2022 ਦੇ ਐਂਡ ਤੇ ਮੂੜਨੇ ਸੀਗੇ ਹੁਣ 2023 ਦੇ ਐਂਡ ਤੇ 31 ਦਸੰਬਰ 2023 ਤੱਕ ਮੂੜੇ ਜਾਣਗੇ ਉਸ ਤੋਂ ਬਾਅਦ ਵੀ ਇਹ ਨਹੀਂ ਜੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤੁਹਾਨੂੰ ਹੈਵ ਟੂ ਮੂੜਨੇ ਪੈਣੇ ਆ ਤੁਸੀਂ 1 ਜਨਵਰੀ 2024 ਤੋਂ ਲੈ ਕੇ 31 ਦਸੰਬਰ 2025 ਤੱਕ ਯਾਨੀ ਕਿ 2 ਸਾਲ ਦੀ ਟਰਮ ਤੁਹਾਨੂੰ ਹੋਰ ਦਿੱਤੀ ਆ ਤੁਸੀਂ ਉਹਦੇ ਵਿੱਚ ਕਿਸ਼ਤਾਂ ਦੇ ਵਿੱਚ ਪੈਸੇ ਮੋੜ ਸਕਦੇ ਆ ਤੁਹਾਨੂੰ ਸਿਰਫ ਇੱਕ ਮੂਮਲੀ ਜਿਹਾ 5% ਵਿਆਜ ਜਿਹੜਾ ਉਸ 40000 ਡਾਲਰ ਦੇ ਉੱਤੇ ਲੱਗਣਾ ਆ ਤੇ ਤੁਸੀਂ ਫਿਰ ਦੋ ਸਾਲ ਹੋਰ ਉਹ ਪੈਸੇ 5% ਵਿਆਜ ਤੇ ਸਰਕਾਰੀ ਪੈਸਾ ਜਿਹੜਾ ਵਰਤ ਸਕਦੇ ਆ ਸੋ ਕੈਨੇਡਾ ਸਰਕਾਰ ਨੇ ਇੱਕ ਵੱਡੀ ਰਾਹਤ ਜਿਹੜੀ ਆ ਵਪਾਰੀਆਂ ਨੂੰ ਦਿੱਤੀ ਆ ਛੋਟੀਆਂ ਵੱਡੀਆਂ ਕੰਪਨੀਆਂ ਨੂੰ ਦਿੱਤੀ ਆ ਲੋਕਾਂ ਨੇ ਇਸ ਮਦਦ ਦਾ ਬਹੁਤ ਫਾਇਦਾ ਲਿਆ ਆ ਜਿਨ੍ਹਾਂ ਕੋਲ ਵੱਧ ਕੰਪਨੀਆਂ ਸੀਗੀਆਂ ਉਹਨਾਂ ਨੇ ਉਸ ਤੋਂ ਵੀ ਵੱਧ ਫਾਇਦਾ ਲਿਆ ਇਸ ਮਦਦ ਦਾ ਅਬਿਊਜ਼ ਵੀ ਹੋਇਆ ਲੋਕਾਂ ਨੇ ਵਿੱਚੋਂ ਪੈਸੇ ਕੱਢ ਕੇ ਕੰਪਨੀਆਂ ਨੇ ਕਈਆਂ ਨੇ ਘਰ ਪਸਾਲਾਏ ਉਦੋਂ ਬਾਅਦ ਘਰ ਮਹਿੰਗੇ ਹੋਣ ਦਾ ਕਾਰਨਕ ਬਣਿਆ ਜਿਹਦੇ ਨਾਲ ਕਿ ਉਹ ਪੈਸੇ ਬਣਾ ਗਏ ਤੇ ਕਈ ਲੋਕ ਜਿਨ੍ਹਾਂ ਦੇ ਕੋਲ ਕੰਪਨੀਆਂ ਨਹੀਂ ਸੀਗੀਆਂ ਓਨਰ ਆਪਰੇਟਰ ਸਗੇ ਰਜਿਸਟਰ ਨਹੀਂ ਸੀ ਕੀਤੀਆਂ ਉਹਨਾਂ ਸਾਲ ਨੂੰ ਝੂੜਦੇ ਵੀ ਰਹੇ ਕਿ ਜੇਕਰ ਤੇ ਅਸੀਂ ਕੰਪਨੀ ਬਣਾ ਕੇ ਕਿਤੇ ਉਹਦੇ ਥੱਲੇ ਕੰਮ ਕਰਦੇ ਹੁੰਦੇ ਤਾਂ ਫਿਰ ਸਾਨੂੰ ਵੀ ਜਿਹੜੀ ਇਹ ਰਕਮ ਮਿਲ ਜਾਣੀ ਸੀਗੀ ਸੋ ਇਸ ਮਦਦ ਨੇ ਬਹੁਤ ਸਾਰੇ ਲੋਕਾਂ ਦੇ ਪੈਰ ਲਾਏ ਆ ਤੇ ਬਹੁਤ ਸਾਰੇ ਲੋਕਾਂ ਦੇ ਪੈਰ ਜਿਹੜੇ ਆ ਉਹ ਖੁਲਣੋਂ ਬਚਾਏ ਆ ਇਸੇ ਤਰ੍ਹਾਂ ਬੀਸੀ ਦੇ ਵਿੱਚ ਵੀ ਅੱਜ ਵਪਾਰਾਂ ਦੀ ਮਦਦ ਦੇ ਵਾਸਤੇ ਇੱਕ ਅਨਾਉਂਸਮੈਂਟ ਜਿਹੜੀ ਆ ਹੋਈ ਆ ਅਸੀਂ ਜਾਣਦੇ ਹਾਂ ਕਿ ਬੀਸੀ ਦੇ ਵਿੱਚ ਪਾਬੰਦੀਆਂ ਲਾਈਆਂ ਗਈਆਂ ਪਾਬੰਦੀਆਂ ਲਾਉਣ ਦੇ ਕਾਰਨ ਹੋਇਆ ਕਿ ਜਿਹੜੀਆਂ ਕਲੱਬ ਆ ਬਾਹਰਾ ਆ ਇਸ ਦੇ ਨਾਲ ਜੈਮ ਫਿਟਨੈਸ ਸੈਂਟਰ ਆ ਇਹ ਬੰਦ ਕਰ ਦਿੱਤੇ ਗਏ ਸੋ ਉਹਨਾਂ ਦੇ ਵਾਸਤੇ ਇੱਕ ਬੀਸੀ ਸਰਕਾਰ ਦੇ 10 ਮਿਲੀਅਨ ਡਾਲਰ ਦਾ ਪ੍ਰੋਗਰਾਮ ਜਿਹੜਾ ਉਹ ਲੀਕਿਆ 10 ਹਜ਼ਾਰ ਡਾਲਰ ਤੱਕ ਤੁਸੀਂ ਮਦਦ ਦੇ ਵਾਸਤੇ ਅਪਲਾਈ ਕਰ ਸਕਦੇ ਆ ਜੇ ਤੁਸੀਂ ਇਹਨਾਂ ਪਾਬੰਦੀਆਂ ਦੇ ਕਾਰਨ ਪ੍ਰਭਾਵਿਤ ਹੋਏ ਹੋ ਜਿਹੜੀਆਂ ਹੁਣ ਤਾਜ਼ਾ ਲਾਈਆਂ ਗਈਆਂ ਜਿਨ੍ਹਾਂ ਦੇ ਕਾਰਨ ਕਲੱਬ ਬਾਰਜ਼ ਜਿਮ ਜਾਂ ਫਿਟਨੈਸ ਸੈਂਟਰ ਜਿਹੜੇ ਬੰਦ ਕਰਨੇ ਪਏ ਆ ਸੋ ਪੰਜ EMPLOYEES ਜੇ ਕਿਸੇ ਜਿਮ ਦੇ ਵਿੱਚ ਸਿਗੇ ਕੰਮ ਕਰਦੇ ਤਾਂ ਪੰਜ ਮਲਾਜ਼ਮਾਂ ਵਾਲੇ ਜਿਮ ਨੂੰ 5000 ਡਾਲਰ ਜਿਹੜਾ ਮਹੀਨੇ ਦਾ ਉਹ ਮਿਲ ਸਕਦਾ ਹੈ ਜੀ ਇਸ ਵਾਸਤੇ ਅਪਲਾਈ ਕੀਤਾ ਜਾ ਸਕਦਾ ਹੈ ਸੋ ਸਰਕਾਰਾਂ ਦੀ ਕੋਸ਼ਿਸ਼ ਹੈ ਕਿ ਬਿਜ਼ਨਸ ਜਿਹੜੇ ਪਹਿਲੇ ਬੜੇ ਜੂਝ ਰਹੇ ਆ ਖਾਸ ਕਰਕੇ ਛੋਟੇ ਬਿਜ਼ਨਸ ਜਿਹੜੇ ਆ ਉਹਨਾਂ ਜੋ ਕਈ ਤਾਂ ਬੰਦੇ ਹੋ ਗਏ ਆ ਤੇ ਉਹਨਾਂ ਦੀ ਮਦਦ ਕਿਸੇ ਨਾ ਕਿਸੇ ਤਰੀਕੇ ਕਰੀ ਜਾਈਏ ਤਾਂ ਇਹ ਬਿਜ਼ਨਸ ਜਿਹੜੇ ਚੱਲਦੇ ਰਹਿਣ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਆ ਆਰਸੀਐਮਪੀ ਦੀ ਆਰਸੀਐਮਪੀ ਦੇ ਉੱਤੇ ਅਕਸਰ ਇਹ ਦੋਸ਼ ਲੱਗਦੇ ਰਹਿੰਦੇ ਆ ਕਿ ਇਹਦੇ ਵਿੱਚ ਨਸਲਵਾਦ ਬਹੁਤ ਆ ਇਹਦੇ ਵਿੱਚ ਅੰਦਰੂਨੀ ਤੌਰ ਦੇ ਉੱਤੇ ਬਹੁਤ ਖਾਮੀਆਂ ਆ ਔਰਤਾਂ ਦਾ ਸ਼ੋਸ਼ਣ ਜਿਹੜਾ ਕੀਤਾ ਜਾਂਦਾ ਇਹ ਦੋਸ਼ ਸ਼ਰੇਆਮ ਲੱਗਦੇ ਰਹੇ ਆ ਅੱਜ ਤੱਕ ਮਾਫੀਆਂ ਵੀ ਮੰਗੀਆਂ ਜਾਂਦੀਆਂ ਰਹੀਆਂ ਹੁਣ RCMP ਦੇ ਉੱਤੇ ਇੱਕ ਦੋਸ਼ ਇਹ ਵੀ ਲੱਗਦਾ ਕਿ ਜਿਹੜੇ ਇਹਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਨੇ ਪੁਲਿਸ ਅਧਿਕਾਰੀ ਆ ਜਦੋਂ ਕੋਈ ਉਹ ਗਲਤੀ ਕਰਦੇ ਆ ਤਾਂ ਉਹਨਾਂ ਦੀ ਫਿਰ ਰਿਪੋਰਟ ਕੀਤੀ ਜਾਂਦੀ ਆ ਜਿਹੜੀ ਰਿਪੋਰਟ ਕਰਨ ਵਾਲੀ ਏਜੰਸੀ ਤੋਂ ਉੱਪਰ ਜਦੋਂ ਜਾਂਚ ਏਜੰਸੀ ਆ ਉਹ ਜਾਂਚ ਕਰਦੀ ਆ ਤਾਂ ਬਹੁਤ ਟਾਈਮ ਲੰਮਾ ਲੱਗ ਜਾਂਦਾ ਜੀ ਤੇ ਕਈ ਵਾਰੀ ਜਿਹੜਾ ਇੰਨਾ ਲੰਮਾ ਲੱਗ ਜਾਂਦਾ ਕਿ ਸ਼ਿਕਾਇਤ ਕਰਨ ਵਾਲਾ ਦੁਖੀ ਹੋ ਜਾਂਦਾ ਹੁਣ ਇਸ ਸੰਬੰਧੀ ਕੈਨੇਡਾ ਦੀ ਜਿਹੜੀ ਫੈਡਰਲ ਕੋਰਟ ਆ ਉਹ ਜਿਹੜੇ ਚੀਫ ਜਸਟਿਸ ਨੇ ਜੋਸਲਿਨ ਗੈਨ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਕਿ ਜਿਹੜਾ ਗੱਲ ਆਖੀ ਆ ਉਹ ਕਹਿੰਦੇ ਵੀ ਜਿਹੜੀ RCMP ਕਮਿਸ਼ਨਰ ਬ੍ਰੈਂਡਾ ਲੱਕੀ ਆ ਉਹ ਇਸ ਗੱਲ ਦੇ ਵਾਸਤੇ ਜ਼ਿੰਮੇਵਾਰ ਆ ਕਿ ਉਹਦੀ ਫਰਜ਼ ਬਣਦਾ ਕਾਨੂੰਨ ਦੇ ਤਹਿਤ ਤਾਂ ਫਰਜ਼ ਬਣਦਾ ਕਿ ਜਿਹੜੀ ਵੀ ਜਿਹੜੀ ਸ਼ਿਕਾਇਤ ਉਹਦੇ ਕੋਲ ਰਿਵਿਊ ਦੇ ਵਾਸਤੇ ਸਮੀਖਿਆ ਲਈ ਆਉਂਦੀ ਆ ਉਹਦਾ ਜਲਦੀ ਤੋਂ ਜਲਦ ਨਵਟਾਰਾ ਕਰੇ ਪਰ ਇਹ ਨਵਟਾਰਾ ਕੀਤਾ ਨਹੀਂ ਜਾਂਦਾ ਇਸ ਕਰਕੇ ਇਨਸਾਫ ਮਿਲਣ ਦੇ ਵਿੱਚ ਦੇਰੀ ਹੁੰਦੀ ਆ ਹੁੰਦਾ ਕੀ ਆ ਕਿ ਸਿਵਿਲian ਰਿਵਿਊ ਐਂਡ ਕੰਪਲੇਂਟ ਕਮਿਸ਼ਨ ਬਣਾਇਆ ਹੋਇਆ ਜਿਹਨੂੰ CRCC ਕਹਿੰਦੇ ਆ ਜੇ ਜਿਹੜੀ ਕੋਈ ਸ਼ਿਕਾਇਤ ਹੁੰਦੀ ਆ ਉਹ ਇਸ ਕਮਿਸ਼ਨ ਦੇ ਕੋਲ ਜਾਂਦੀ ਆ ਕਮਿਸ਼ਨ ਜੀ ਤਾਂ ਆਪਣੀ ਜਾਂਚ ਪੂਰੀ ਕਰ ਲੈਂਦਾ ਤੇ ਫਿਰ ਜਾਂਚ ਪੂਰੀ ਕਰਨ ਤੋਂ ਬਾਅਦ ਇਹ ਉਹ ਜਿਹੜੀ ਜਾਂਚ ਨੂੰ ਰਿਵਿਊ ਕਰਨ ਦੇ ਵਾਸਤੇ ਪੁਲਿਸ ਕਮਿਸ਼ਨਰ ਨੂੰ ਜਿਹੜੀ CRMP ਦੇ ਬ੍ਰੈਂਡ ਲੱਗੀ ਹੋਣੀ ਉਹਨਾਂ ਕੋਲ ਭੇਜਿਆ ਜਾਂਦਾ ਆ ਤੇ ਉਹਨਾਂ ਦੀ ਕੱਲ ਵੀ ਸਹਿਮਤੀ ਤੋਂ ਬਿਨਾਂ ਫਿਰ ਜਨਤਕ ਨਹੀਂ ਕਰ ਸਕਦੇ ਉਹ ਜਾਂਚ ਨੂੰ ਵੀ ਉਸ ਦੀਆਂ ਜਿਹੜੀਆਂ ਲੱਭ ਤਾਂ ਕੀ ਆ ਕੀ ਲੱਭਿਆ ਉਹਦੇ ਵਿੱਚੋਂ ਵੀ ਕਿਹੜੀ ਗਲਤੀ ਆ ਸੋ ਜਦੋਂ ਪੁਲਿਸ ਦੀ ਜਿਹੜੀ ਉੱਚ ਅਧਿਕਾਰੀ ਆ ਉਹੀ ਨਹੀਂ ਉਸ ਫਾਈਲ ਨੂੰ ਦੇਖਦੀ ਵਾਪਸ ਨਹੀਂ ਕਰਦੀ ਤਾਂ ਜਿਹੜੀ ਜਾਂਚ ਕੀਤੀ ਕਰਾਈ ਪ੍ਰਾਣੀ ਹੁੰਦੀ ਰਹਿੰਦੀ ਆ ਤੇ ਜਿਹੜਾ ਦੋਸ਼ੀ ਹੁੰਦੇ ਆ ਉਹ ਸ਼ਰਮ ਘਮਜ ਰਹਿੰਦੇ ਆ ਕੋਈ ਸਜ਼ਾ ਨਹੀਂ ਮਿਲਦੀ ਹੁਣ ਇਸ ਗੱਲ ਕਰਕੇ ਜਿਹੜੇ ਜਸਟਿਸ ਜੋਸਲਿਨ ਗੈਨ ਨੇ ਆ ਉਹਨਾਂ ਨੇ ਇਸ ਗੱਲ ਦੀ ਖਚਾਈ ਕੀਤੀ ਆ ਕਿ ਆਰਸੀਐਮਪੀ ਕਮਿਸ਼ਨਰ ਇਸ ਗੱਲ ਦੇ ਦੋਸ਼ੀ ਆ ਕਿ ਉਹਦਾ ਫਰਜ਼ ਪੰਡਾ ਹੁੰਦਾ ਕਾਨੂੰਨ ਦੇ ਤਹਿਤ ਕਿ ਜਲਦ ਤੋਂ ਜਲਦ ਇਨਸਾਫ ਜਿਹੜਾ ਕੀਤਾ ਜਾਵੇ ਜਲਦ ਤੋਂ ਜਲਦ ਜਿਹੜੀ ਆ ਜਾਂਚ ਕੀਤੀ ਜਾਵੇ ਕਿਉਂਕਿ ਇਨਸਾਫ ਦੇ ਵਿੱਚ ਦੇਰੀ ਵੀ ਬੀਅੰਸਾ ਵੀ ਹੀ ਗਿਣੀ ਜਾਂਦੀ ਆ ਤੇ ਪੁਲਿਸ ਖਿਲਾਫ ਸ਼ਿਕਾਇਤਾਂ ਜਿਹੜੀਆਂ ਉਹਨਾਂ ਨੂੰ ਲੰਮਕਾਉਣ ਦਾ ਮਤਲਬ ਇਹੀ ਹੁੰਦਾ ਕਿ ਜਿਹੜੇ ਦੋਸ਼ੀ ਪੁਲਿਸ ਵਾਲੇ ਆ ਉਹ ਬਚੇ ਰਹਿਣ ਸੋ ਅਦਾਲਤ ਨੇ ਇਸ ਕੱਲ ਦਾ ਸਖਤ ਨੋਟਿਸ ਲਿਆ ਤੇ ਇਸ ਖਿਲੋਂ ਪੁਲਿਸ ਕਮਿਸ਼ਨਰ ਦੀ ਖਚਾਈ ਜਿਹੜੀ ਆ ਕੈਨੇਡਾ ਲੈਵਲ ਦੇ ਉੱਤੇ ਕੀਤੀ ਹੈ ਜੀ ਗੱਲ ਕਰੀਏ ਪੰਜਾਬ ਦੀ ਭਾਰਤ ਦੀ ਤਾਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਦੇ ਉੱਤੇ ਦੂਜਾ ਜਿਹੜਾ ਹੱਲਾ ਭਾਜਪਾ ਦੇ ਆਗੂਆ ਵੱਲੋਂ ਬੋਲਿਆ ਗਿਆ ਪਹਿਲਾ ਹੱਲਾ ਉਦੋਂ ਬੋਲਿਆ ਗਿਆ ਸੀ ਜਦੋਂ ਪ੍ਰਧਾਨ ਮੰਤਰੀ ਨਰਮਦਰ ਮੋਦੀ ਫਰੋਜ਼ਪੁਰ ਫੇਰੀ ਲਈ ਆ ਰਹੇ ਸੀ ਉਹਨਾਂ ਨੇ ਆਪਣੀ ਫੇਰੀ ਰੱਦ ਕਰ ਦਿੱਤੀ ਤੇ ਉਸ ਤੋਂ ਬਾਅਦ ਵਿੱਚ ਜਿਹੜਾ ਦੋਸ਼ ਆ ਪੰਜਾਬ ਵਾਸੀਆਂ ਸਰ ਪੰਜਾਬ ਸਰਕਾਰ ਸਰ ਮੜਿਆ ਗਿਆ ਕਿ ਉਹਨਾਂ ਦੀ ਸੁਰੱਖਿਆ ਨੂੰ ਖਤਰਾ ਜਿਹੜਾ ਪੈਦਾ ਹੋ ਗਿਆ ਸੀ ਉਸ ਤੋਂ ਬਾਅਦ ਵੀਡੀਓਜ਼ ਆ ਗਈਆਂ ਸ਼ਰਿਆ ਵਿੱਚ ਸਾਬਤ ਹੋ ਗਿਆ ਕਿ ਕੋਈ ਅਜਿਹਾ ਖਤਰਾ ਨਹੀਂ ਸੀ ਜਿਹੜੇ ਲੋਕ ਪ੍ਰਧਾਨ ਮੰਤਰੀ ਦੇ ਕਾਫਲੇ ਵੱਲ ਵਧੇ ਵੀ ਆ ਉਹ ਵੀ ਭਾਜਪਾ ਦੇ ਆਪਣੇ ਬੰਦੇ ਸੀਗੇ ਛੋਟੇ ਮੋਟੇ ਬੰਦੇ ਨਹੀਂ ਸੀ ਵੱਡੇ ਬੰਦੇ ਸੀ ਮਿਲਦੇ ਸੀ ਲੀਡਰਾਂ ਨੂੰ ਹਿਮਾਚਲ ਤੋਂ ਆਏ ਹੋਏ ਪਹਾੜੀਏ ਭਾਜਪਾ ਜਿਹੜੇ ਆ ਕਾਰਕੁਨ ਸੀਗੇ ਅਬ ਬੇਸ਼ੱਕ ਪੂਰੀ ਦੁਨੀਆ ਨੂੰ ਇਸ ਕੱਲ ਦਾ ਚਾਨਣ ਹੋ ਗਿਆ ਪਰ ਜਿਹੜੇ ਸੰਗੀ ਆ ਜਾਂ ਸੰਗੀ ਲੌਬੀ ਆ ਆਈਟੀ ਸੈੱਲ ਆ ਕੱਲ ਨੂੰ ਹੱਲੇ ਵੀ ਮੰਨ ਕੇ ਰਾਜ਼ੀ ਨਹੀਂ ਤੇ ਉਹ ਦੁਬਾਰਾ ਲੋਕਾਂ ਦੇ ਵਿੱਚ ਕਹਿ ਲੋ ਵੀ ਗਮਰਾਹਕੁਨ ਪ੍ਰਚਾਰ ਕਰਨ ਦੇ ਵਾਸਤੇ ਦੁਬਾਰਾ ਇਸ ਮੈਥਡ ਦੇ ਤਹਿਤ ਹਮਲਾ ਕਰਨ ਦੇ ਵਾਸਤੇ ਅੱਗੇ ਆਇਆ ਹੁਣ ਸਭ ਤੋਂ ਪਹਿਲਾਂ ਤਾਂ ਹਰਿਆਣਾ ਦੇ ਮੁੱਖ ਮੰਤਰੀ ਮਲੌਰ ਲਾਲ ਖੱਟੜ ਜਿਹੜੇ ਆ ਜੀ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਮੁੱਖ ਮੰਤਰੀ ਚਰਨੀ ਸਿੰਘ ਚੰਨੀ ਦੇ ਉੱਤੇ ਨਿਸ਼ਾਨਾ ਵੰਨੇ ਆ ਉਹ ਕਹਿੰਦੇ ਵੀ ਇਹਨਾਂ ਨੇ ਰਲ ਕੇ ਮੋਦੀ ਸਰਕਾਰ ਦੀ ਜਾਨ ਖਤਰੇ ਦੇ ਵਿੱਚ ਪਾਈ ਆ ਉਹ ਕਹਿੰਦੇ ਵੀ ਪੰਜਾਬ ਦੀ ਜਿਹੜੀ ਸੀਆਈਡੀ ਸੀ ਨੇ ਪਹਿਲਾਂ ਚੇਤਾਵਨੀ ਦਿੱਤੀ ਹੋਈ ਸੀ ਵੀ ਖਰਾਬ ਮੌਸਮ ਦੇ ਕਾਰਨ ਹੈਲੀਕਾਪਟਰ ਆਰਡਰ ਨਹੀਂ ਸਕਦਾ ਹੈਗਾ ਇਸ ਕਰਕੇ ਬਦਲਵਾ ਰੂਟ ਜਿਹੜਾ ਤਿਆਰ ਰੱਖਣਾ ਚਾਹੀਦਾ ਆ ਤੇ ਉਹਨਾਂ ਨੂੰ ਜਾਣਕਾਰੀ ਸੀ ਵੀ ਬਦਲਵੇਂ ਰੂਟ ਦੇ ਉੱਤੇ ਕਿਸਾਨ ਹੋ ਸਕਦੇ ਆ ਇਹ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੁਣ ਇੱਕ ਪਾਸੇ ਤਾਂ ਗੱਲ ਇਹ ਆ ਕਿ ਪ੍ਰਧਾਨ ਮੰਤਰੀ ਦੀ ਸਾਰੀ ਸੁਰੱਖਿਆ ਦੀ ਜ਼ਿੰਮੇਵਾਰੀ ਐਸਪੀਜੀ ਦੀ ਆ ਆਈਬੀ ਦੀ ਆ ਰਾ ਦੀ ਆ ਤੇ ਹੁਣ ਜਾਣ ਬੁੱਝ ਕੇ ਪੰਜਾਬ ਨੂੰ ਵਿੱਚ ਖੜੀ ਟਿੱਟਿਆ ਜਾ ਰਿਹਾ ਇੱਥੇ ਗੱਲ ਬੱਸ ਨਹੀਂ ਅਸਾਮ ਦੇ ਜਿਹੜੇ ਮੁੱਖ ਮੰਤਰੀ ਨੇ ਹਰਮੰਤ ਵਿਸ਼ਵਾਸ਼ ਸ਼ਰਮਾ ਭਾਜਪਾ ਦੇ ਉਹਨਾਂ ਨੇ ਦੋਸ਼ ਲਾਇਆ ਕਿ ਮੋਦੀ ਦੀ ਸੁਰੱਖਿਆ ਦੇ ਵਿੱਚ ਜਾਣਬੁੱਝ ਕੇ ਲਾਪਰਵਾਹੀ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਚੰਨੀ ਨੇ ਵਰਤੀ ਹੈ ਤਾਂ ਕਿ ਲੋਕ ਉਹਨਾਂ ਨੂੰ ਖਤਮ ਕਰ ਸਕਣ ਤੇ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਚੰਨੀ ਸਿੰਘ ਚੰਨੀ ਨੂੰ ਤੁਰੰਤ ਗ੍ਰਿਫਤਾਰ ਕਰਨਾ ਚਾਹੀਦਾ ਹੈ ਇੱਥੇ ਹੀ ਹੋਰ ਜਿਹੜੇ ਭਾਜਪਾ ਦੇ ਆਗੂ ਆ ਚਾ ਸਿਮਰਤੀ ਰਾਣੀ ਨੇ ਜਾਂ ਹੋਰ ਵੱਡੇ ਜਿਹੜੇ ਸੈਂਟਰ ਦੇ ਆਗੂ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਜਾਂ ਟਵੀਟ ਕਰਕੇ ਇਹ ਮੁੱਦਾ ਦੁਬਾਰਾ ਚੁੱਕਿਆ ਆ ਹਾਲਾਂਕਿ ਮੁੱਦਾ ਸਰਾਸਰ ਝੂਠ ਆ ਅਜਿਹੀ ਗੱਲ ਕੋਈ ਹੋਈ ਨਹੀਂ ਪਰ ਫਿਰ ਵੀ ਲੋਕਾਂ ਨੂੰ ਗਮਰਾਹ ਕਰਨ ਵਾਸਤੇ ਪੰਜਾਬ ਦੇ ਆਗੂਆਂ ਦਾ ਪੰਜਾਬ ਦੇ ਲੋਕਾਂ ਦਾ ਅਕਸਿਸ ਤਰ੍ਹਾਂ ਬਣਾਉਣ ਲਈ ਕਿ ਇਹ ਤਾਂ ਮੋਦੀ ਨੂੰ ਚਾਹੁੰਦੇ ਨੇ ਮੋਦੀ ਨੂੰ ਮਾਰਨਾ ਚਾਹੁੰਦੇ ਸੀ ਇਹੋ ਜਿਹਾ ਨਕਲੀ ਖਤਰਾ ਪੈਦਾ ਕਰਕੇ ਯੂਪੀ ਦੇ ਵਿੱਚ ਤਾਂ ਕਿ ਵੋਟਾਂ ਜਿਹੜੀਆਂ ਖਿੱਚੀਆਂ ਜਾਣ ਇਹ ਕੋਸ਼ਿਸ਼ ਹੋ ਰਹੀ ਹੈ ਇਹ ਤਾਂ ਸਿੱਕੇ ਭਾਜਪਾ ਦੇ ਆਗੂ ਚਲੋ ਭਾਜਪਾ ਦੇ ਜਿਹੜੇ ਆਗੂ ਆ ਉਹਨਾਂ ਨੇ ਵੋਟਾਂ ਲੈਣ ਦੇ ਖਾਤਰ ਇਹ ਕੁਝ ਕਰਨਾ ਹੀ ਆ ਝੂਠ ਬੋਲਣਾ ਹੀ ਆ ਲੋਕਾਂ ਨੂੰ ਗਮਰਾਹ ਕਰਨਾ ਹੀ ਆ ਪਰ ਪੰਜਾਬ ਦਾ ਇੱਕ ਵੱਡਾ ਆਗੂ ਸਾਬਕਾ ਮਿਨਿਸਟਰ ਵਿਕਰਮਜੀਤ ਸਿੰਘ ਮਰੀਠੀਆ ਉਹ ਵੀ ਇਹਨਾਂ ਦੀ ਹੀ ਬੋਲੀ ਬੋਲ ਰਿਹਾ ਉਹ ਵੀ ਇਹੀ ਗੱਲ ਕਰ ਰਿਹਾ ਕਿ ਨਵਜੋਤ ਸਿੱਧੂ ਤੇ ਚੰਨ ਚੰਨੀ ਦੀਆਂ ਮੀਟਿੰਗਾਂ ਹੋਈਆਂ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਵੀ ਇਹਨਾਂ ਦੇ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਾਨ ਨੂੰ ਜਿਹੜਾ ਖਤਰਾ ਹੋਇਆ ਹਾਲਾਂਕਿ ਜਿਹੜੇ ਅਕਾਲੀ ਦਲ ਦੇ ਸੀਨੀਅਰ ਆਗੂ ਆ ਚਾਹ ਸੁਖਬੀਰ ਸਿੰਘ ਬਾਦਲ ਹੋਣੀ ਆ ਜਾਂ ਪ੍ਰਕਾਸ਼ ਸਿੰਘ ਬਾਦਲ ਹੋਣੀ ਆ ਉਹਨਾਂ ਦੇ ਇਸ ਸਬੰਧੀ ਬਿਆਨ ਜਿਹੜੇ ਬਿਲਕੁਲ ਭੜਕਾਉ ਨਹੀਂ ਸੀਗੇ ਉਹ ਬਿਲਕੁਲ ਸੰਤੁਲਿਤ ਬਿਆਨ ਸੀ ਪਰ ਬਿਕਰਮੀ ਸਿੰਘ ਵਜੀਥੇ ਜਿੱਦਣ ਦੇ ਬਾਹਰ ਆਏ ਆ ਖਾਸ ਕਰਕੇ ਜ਼ਮਾਨਤ ਹੋਈ ਆ ਉਹਨਾਂ ਦੀ ਉਹਦਣ ਦੇ ਕੁਝ ਜ਼ਿਆਦਾ ਭਾਜਪਾ ਦੀ ਬੋਲੀ ਜਿਹੜੇ ਬੋਲ ਰਹੇ ਆ ਅਜਿਹਾ ਬੋਲਣ ਲੱ ਜਿਹੜਾ ਆ ਕਿੰਨਾ ਗਮਰਾਹਕੁਨ ਪ੍ਰਚਾਰ ਭਾਜਪਾ ਵੱਲੋਂ ਸੰਗੀ ਟੋਲੇ ਵੱਲੋਂ ਕੀਤਾ ਗਿਆ ਇਥੋਂ ਤੱਕ ਕਿਹਾ ਗਿਆ ਕਿ ਜਿਹੜੇ 1984 ਦੁਹਰਾਈ ਜਾਊਗੀ ਹੁਣ ਜਿਹੜੇ ਭਾਰਤ ਦੇ ਹੋਰਾਂ ਸੂਬਿਆਂ ਦੇ ਵਿੱਚ ਪੰਜਾਬ ਤੋਂ ਬਾਹਰ ਸਿੱਖ ਵਸਦੇ ਆ ਜਦੋਂ ਉਹਨਾਂ ਦੇ ਕੰਨਾਂ ਦੇ ਵਿੱਚ ਇਹ ਗੱਲ ਪੈਂਦੀ ਆ ਕਿ 1984 ਦੁਹਰਾਈ ਜਾਊਗੀ ਤੇ ਇੱਕਦਮ ਮੌਤ ਜਿਹੜੀ ਆ ਨਾਚਦੀ ਸਾਹਮਣੇ ਦਿਖਦੀ ਉਹਨਾਂ ਨੂੰ ਪਤਾ ਆ ਵੀ 1984 ਦੁਹਰਾਉਣ ਦਾ ਮਤਲਬ ਕੀ ਆ ਵੀ ਮਤਲਬ ਕਿ ਆ ਲੋਕਾਂ ਦੀਆਂ ਭੀੜਾਂ ਵੱਲੋਂ ਇੱਕ ਵਾਰੀ ਫੇਰ ਉਸਤਾਰ ਦੇ ਉੱਤੇ ਘੱਟ ਗਿਣਤੀ ਸਿੱਖਾਂ ਦਾ ਪੂਰੇ ਭਾਰਤ ਵਿੱਚ ਕਤਲ ਆਮ ਤੇ ਸਾਡੇ ਖੁਦ ਦੇ ਪੰਜਾਬ ਦੇ ਆਗੂ ਮੁਜੀਠੀਆ ਵਰਗੇ ਗੱਲ ਕਹਿਣ ਲੱਗੇ ਆ ਕਿ ਮੋਦੀ ਦੀ ਜਾਨ ਨੂੰ ਬਿਲਕੁਲ ਖਤਰਾ ਹੈਗਾ ਸੋ ਇਸ ਤਰ੍ਹਾਂ ਉਹ ਲੋਬੀ ਜਿਹੜੀ ਕਿ ਸਿੱਖਾਂ 'ਚ ਦੋਸ਼ ਮੰਨਣਾ ਚਾਹੁੰਦੀ ਆ ਮਜੀਠੀਆ ਖੋਦਈ ਜਿਹੜੀ ਆ ਉਹਨਾਂ ਦੀ ਬੋਲੀ ਬੋਲ ਰਹੇ ਆ ਸੋ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਗਿਆ ਕਿ ਜਿਵੇਂ ਮਜੀਠੀਆ ਦਾ ਬਿਆਨ ਆਇਆ ਉਹ ਇਦਾਂ ਲੱਗ ਰਿਹਾ ਸੀ ਜਿਵੇਂ ਕੋਈ ਸ਼ੈਵਸੈਨਾ ਜਾਂ ਜਿਹੜੇ ਸੂਰੀ ਹੁਣੀ ਨਿਸ਼ਾਤ ਸ਼ਰਮੇ ਹੋਣੀ ਆ ਜਦੋਂ ਉਹ ਬਿਆਨ ਦਿੰਦੇ ਹੁੰਦੇ ਆ ਉਸ ਰੇਂਜ ਦਾ ਜਿਹੜਾ ਬਿਆਨ ਉਹਨਾਂ ਦਾ ਸੀਗਾ ਤੇ ਇਹ ਬਿਲਕੁਲ ਹੀ ਪੰਜਾਬ ਦਾ ਨੁਕਸਾਨ ਕਰਨ ਵਾਲਾ ਇੱਕ ਬਿਆਨ ਹੋ ਨਿਪੜਿਆ ਜੀ ਇਹਦੇ ਨਾਲ ਹੀ ਭਾਜਪਾ ਦੇ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਜਿਹੜੀ ਲਾਈਨ ਰੋਜ਼ ਲੰਮੀ ਦੀ ਲੰਮੀ ਹੋ ਰਹੀ ਆ ਰੋਜ਼ ਜਿਹੜੇ ਗੁਰਿੰਦਰ ਸਿੰਘ ਖਾਕਵਤ ਹੁਣੀ ਆ ਹੋਰ ਆਗੂਆਂ ਦੀ ਹਾਜ਼ਰੀ ਦੇ ਵਿੱਚ ਕਿਸੇ ਨਾ ਕਿਸ ਨੂੰ ਭਾਜਪਾ ਦੇ ਵਿੱਚ ਸ਼ਾਮਲ ਕਰਦੇ ਆ ਅੱਜ ਇੱਕ ਵੱਡੀ ਜਿਹੜੀ ਉਹਨਾਂ ਨੇ ਮੱਲ ਮਾਰੀ ਆ ਮੱਲ ਕੀ ਮਾਰੀ ਆ ਇਹ ਕਹਿ ਸਕਦੇ ਆ ਕਿ ਇੱਕ ਵੱਡਾ ਚਿਹਰਾ ਜਿਹੜਾ ਕਿ ਕਿਸ ਭੇਗਟ ਕੀਤੀ ਹੋਈ ਸੀ ਜਿਹਨੇ ਪੰਥ ਦੇ ਵਿੱਚ ਉਹ ਨੰਗਾ ਕਰ ਦਿੱਤਾ ਪਤਾ ਲੱਗਿਆ ਲੋਕਾਂ ਨੂੰ ਕਿ ਇਹੋ ਜਿਹਾ ਹੋਰ ਵੀ ਹੋ ਸਕਦੇ ਆ ਦੰਦਵੀ ਟਕਸਾਲ ਦੇ ਮੁੱਖ ਸਲਾਹਕਾਰ ਅਤੇ ਬਿਕਰਮੀ ਸਿੰਘ ਮਜੀਠੀਆ ਦੇ ਮੁੱਖ ਅਡਵਾਈਜ਼ਰ ਜਿਹੜੇ ਆ ਪ੍ਰੋਫੈਸਰ ਸਰਚਾਨ ਸਿੰਘ ਜਿਹੜੇ ਕਿ ਆਪਣੇ ਆਪ ਨੂੰ ਪ੍ਰੋਫੈਸਰ ਸਰਚਾਨ ਸਿੰਘ ਖਿਆਲਾ ਵੀ ਲਿਖਦੇ ਆ ਕਈ ਵਾਰੀ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਆ ਸੋ ਇਹ ਜਾਣਕਾਰੀ ਜਿਹੜੀ ਉਹਨਾਂ ਨੇ ਮੀਡੀਆ ਨੂੰ ਖੁਦ ਈਮੇਲ ਭੇਜ ਕੇ ਤੇ ਨਾਲ ਤਸਵੀਰਾਂ ਆਪਣੀਆਂ ਭੇਜ ਕੇ ਇਹ ਦਿੱਤੀ ਹੈ ਜੀ ਹੁਣ ਜਦੋਂ ਪ੍ਰੋਫੈਸਰ ਸਰਚਾਂ ਸਿੰਘ ਹੋਣੀ ਦਾਉਂਦੀਨ ਟਕਸਾਲ ਦੇ ਵਿੱਚੋਂ ਜਿਹੜੇ ਸਲਾਹਕਾਰ ਕਹਿ ਸਕਦੇ ਆ ਆਪਾਂ ਮਜੀਠਿਆਣਾ ਦੇ ਸਲਾਹਕਾਰ ਉਹ ਭਾਜਪਾ ਦੇ ਵਿੱਚ ਜਾਂਦੇ ਆ ਤਾਂ ਇਸ ਤੋਂ ਸਾਬਤ ਹੋ ਜਾਂਦਾ ਸਮਝ ਲੱਗਣ ਲੱਗ ਪੈਂਦੀ ਹੈ ਵੀ ਮਜੀਠਿਆ ਜਿਹੜੀ ਬੋਲੀ ਬੋਲ ਰਹੇ ਆ ਉਹਦੇ ਪਿੱਛੇ ਕੀ ਆ ਜਦੋਂ ਬਾਬਾ ਹਰਨਾਮ ਸਿੰਘ ਤੋਂ ਮਾਂ ਦਾਉਂਦੀਨ ਟਕਸਾਲ ਦੇ ਮੁਖੀ ਜਿਹੜੇ ਸਲਾਘਾ ਕਰਦੇ ਆ ਮੋਦੀ ਦੀ ਵੀ ਬਹੁਤ ਵਧੀਆ ਕੰਮ ਕੀਤਾ ਸਾਬਜਾ ਦੇ ਦਾ ਦਿਹਾੜਾ ਜਿਹੜਾ ਵੀਰਵਾਲ ਦੇਵਸ ਜਮ ਵਜੋਂ ਮਨਾਉਣ ਦਾ ਐਲਾਨ ਕਰਕੇ ਵੀ ਇਹ ਸਾਰੀ ਗੇਮ ਜਿਹੜੀ ਕਿੱਥੋਂ ਘੁੰਮ ਰਹੀ ਸੀ ਤੇ ਕੌਣ-ਕੌਣ ਦੇ ਸੂਤਰਤਾ ਆ ਰਿਹਾ। ਇਹ ਹੀ ਪ੍ਰੋਫੈਸਰ ਸਰਚਾਨ ਸਿੰਘ ਇਸ ਮਹੰਮ ਦੇ ਮੋਰੀ ਸੀਗੇ ਕਿ ਸੁਚਾਲ ਸਿੰਘ ਲੰਗਾ ਨੂੰ ਮੁੜ ਪੰਥ ਵਿੱਚ ਵਾਪਸ ਕੀਤਾ ਜਾਵੇ ਉਹਨਾਂ ਨੂੰ ਦੁਬਾਰਾ ਜਿਹੜੀ ਅਕਾਲੀ ਦਲ ਵਿੱਚ ਵਾਪਸੀ ਹੋਵੇ ਉਹਨੂੰ ਟਿਕਟ ਦਿੱਤੀ ਜਾਵੇ। ਸੋ ਮਜੀਠੀਆ ਤੋਂ ਮਾ ਸਰਚਾਨ ਸਿੰਘ ਲੰਗਾ ਇੱਕੋ ਸੰਗਲ ਦੀਆਂ ਕੜੀਆਂ ਖੁੱਲ ਕੇ ਹੁਣ ਸਾਹਮਣੇ ਜਿਹੜੀਆਂ ਆ ਉਹ ਆ ਚੁੱਕੀਆਂ ਤੇ ਕੱਲ ਨੂੰ ਕੋਈ ਵੱਡੀ ਗੱਲ ਨਹੀਂ ਕਿ ਸੁਚਾਲ ਸਿੰਘ ਲੰਗਾ ਹੁਣੀ ਵੀ ਭਾਜਪਾ ਦੇ ਵਿੱਚ ਜਾ ਸਕਦੇ ਆ। ਹੁਣ ਪ੍ਰੋਫੈਸਰ ਸਰਚਾਨ ਸਿੰਘ ਤੇ ਨਾਲ ਵਰਗੇ ਹੋਰ ਬਹੁਤ ਸਾਰੇ ਲੋਕ ਜੋ ਟਕਸਾਲ, ਅਕਾਲੀ ਦਲ ਅਤੇ ਸੰਤ ਸਮਾਜ ਦੇ ਵਿੱਚ ਹੈਗੇ ਆ ਉਹ ਪੰਥਕ ਹਲਕਿਆਂ ਵਿੱਚ ਵਿਚਰਦੇ ਆ ਇੱਥੋਂ ਤੱਕ ਅਕਾਲ ਤਖਤ ਸਾਹਿਬ ਦੇ ਜਹੇਦਾਰ ਤੇ ਹੋਰ ਜਹੇਦਾਰਾਂ ਦੇ ਲਾਗੇ ਵੀ ਵਿਚਰਦੇ ਆ ਉਹਨਾਂ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਦੇ ਆ ਜਿਹੜਾ ਨਾਨਕਸ਼ਹੀ ਕੈਲੰਡਰ ਦਾ ਮਸਲਾ ਸੀ ਜਿਹੜਾ ਇੰਨਾ ਆੜਿਆ ਜਿਹਦੇ ਵਿੱਚ ਕਿ ਫਿਰ ਟਕਸਾਲ ਸੰਤ ਸਮਾਜ ਇੱਕ ਪਾਸੇ ਹੋ ਗਿਆ ਬਾਕੀ ਸਿੱਖ ਧਰਮ ਇੱਕ ਪਾਸੇ ਹੋ ਗਿਆ ਉਹਦੇ ਵਿੱਚ ਨਾਂ ਨੁਕਰ ਕਰਾਉਣ ਦੇ ਵਿੱਚ ਪ੍ਰੋਫੈਸਰ ਸਰਚਾਨ ਸਿੰਘ ਦਾ ਵੱਡਾ ਰੋਲ ਸੀਗਾ ਤੇ ਆਪਾਂ ਇਹ ਕਦੀ ਪੜ੍ਹ ਨਹੀਂ ਸਕਦੇ ਕਿ ਜਦੋਂ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਬੀਬੀ ਜਗੀਰ ਕੌਰ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਪਾਸ ਕੀਤਾ ਗਿਆ ਤੋਂ ਸਭ ਤੋਂ ਪਹਿਲਾ ਬਿਆਨ ਜਿਹੜਾ ਵਿਰੋਧ ਵਿੱਚ ਆਇਆ ਸੀ ਉਹ ਰਾਸ਼ਟਰੀ ਸਵੈਮ ਸੰਘ ਦੇ ਜਿਹੜੇ ਮੁਖੀ ਸੀ ਉਸ ਵੇਲੇ ਦੇ ਕੇ ਸਦਰਸ਼ਨ ਉਹਨਾਂ ਦਾ ਸੀ ਕਹਿੰਦੇ ਨਾਨਕਸ਼ਾਹੀ ਕੈਲੰਡਰ ਸਾਨੂੰ ਪ੍ਰਵਾਨ ਨਹੀਂ ਹੈਗਾ ਸੋ ਬੜੀ ਹੈਰਾਨੀ ਦੀ ਗੱਲ ਸੀ ਕਿ ਸਿੱਖਾਂ ਦਾ ਆਪਣਾ ਕੈਲੰਡਰ ਹੈ ਰਾਸ਼ਟਰੀ ਸਵੈਮ ਸੇਵਕ ਸੰਘ ਜਿਹੜਾ ਹਿੰਦੂਆਂ ਦੀ ਸੰਸਥਾ ਆ ਉਹਨਾਂ ਨੂੰ ਸਿੱਖ ਕੈਲੰਡਰ ਦੇ ਨਾਲ ਕੀ ਵਾਸਤਾ ਵੀ ਉਹਨਾਂ ਨੂੰ ਕਿਉਂ ਨਹੀਂ ਪ੍ਰਵਾਨ ਉਹਦਾ ਹਿੰਦੂਆਂ ਨੇ ਤਾਂ ਸਿੱਖਾਂ ਦਾ ਕੈਲੰਡਰ ਮੰਨਣਾ ਨਹੀਂ ਹੁੰਦਾ ਪਰ ਗੱਲ ਕੀ ਹੈ ਕਿ ਉਸ ਬਿਆਨ ਤੋਂ ਬਾਅਦ ਜਿਹੜੀ ਨਿਆਂਇਕ ਕੈਲੰਡਰ ਦੀ ਵਿਰੋਧਤਾ ਹੋਈ ਉਹਨੂੰ ਬਕਾਇਦਾ ਸੋਧ ਕੇ ਉਹਨੂੰ ਜਿਹੜਾ ਕਹੋ ਬਈ ਕਿਹਾ ਗਿਆ ਨਾਨਕਸ਼ਾਹ ਕੈਲੰਡਰ ਆ ਪਰ ਉਹਨੂੰ ਤਮੱਕੜ ਕੈਲੰਡਰ ਤੋਂ ਮਾਪਲਾਸ ਮੱਕੜ ਕੈਲੰਡਰ ਬਣਾ ਦਿੱਤਾ ਗਿਆ ਜਿਸ ਦੇ ਪਵਾੜੇ ਹੱਲੇ ਤੱਕ ਇੰਨੇ ਪਏ ਹੋਏ ਆ ਕਿ ਡੇਟਾ ਦੇ ਵਿੱਚ ਲੋਕ ਸਦਾ ਮਿਕਸ ਹੋਏ ਰਹਿੰਦੇ ਆ ਹੁਣ ਸਾਰੀ ਗੱਲ ਜਿਹੜੀ ਕਲੀਅਰ ਹੋ ਰਹੀ ਆ ਪ੍ਰੋਫੈਸਰ ਚਾਂਦ ਸਿੰਘ ਅਰਗੇ ਜਦੋਂ ਅਖਸ਼ਰਿਆਵੇਂ ਭਾਜਪਾ ਦੇ ਵਿੱਚ ਚੱਲ ਗਏ ਕਿ ਸਾਰੀ ਗੇਮ ਜਿਹੜੀ ਆ ਉਹ ਕਿੱਥੋਂ ਖੇਡੀ ਜਾ ਰ ਉਜੀ ਆਪਾਂ ਦਾਂਦੀ ਟਕਸਾਲ ਦੀ ਕਰੀਏ ਤਾਂ ਉਹਨਾਂ ਦਾ ਇੱਕੋ ਇੱਕ ਜਰਨੈਲ ਸੀ ਸੰਤ ਜਰਨੈਲ ਸਿੰਘ ਜਿਹੜਾ ਕਿ ਨਹੀਂ ਵਿਕਿਆ ਨਹੀਂ ਚੁਕਿਆ ਉਸ ਤੋਂ ਬਾਅਦ ਦੇ ਵਿੱਚ ਲਗਾਤਾਰ ਟਕਸਾਲ ਦੇ ਵਿੱਚ ਸਰਕਾਰੀ ਕਿਸਪੈਟ ਹੋਈ ਆ ਜਿਹੜੀ ਆ ਆਗੂ ਆ ਉਹ ਕੌਮ ਨੂੰ ਸੇਧ ਦੇਣ ਦੀ بجائے ਜਿਹੜੇ ਗਮਰਾਹ ਕਰਦੇ ਰਹੇ ਆ ਚਾਹੇ ਉਹ ਸੰਤ ਬਾਬਾ ਠਾਕੁਰ ਸਿੰਘ ਹੋਣੀ ਸੀ ਬ੍ਰਾਹਮਣ ਗਿਆਨੀ ਉਹਨਾਂ ਨੂੰ ਕਿਹਾ ਜਾਂਦਾ ਸੀਗਾ ਪਰ ਉਹ 20 ਸਾਲੇ ਝੂਠ ਬੋਲਦੇ ਰਹੇ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਹੜੇ ਆ ਜਿਉਂਦੇ ਆ ਉਸ ਤੋਂ ਬਾਅਦ ਬਾਬਾ ਹਰਨਾਮ ਸਿੰਘ ਧੋਮਾ ਉਹਨਾਂ ਦੀਆਂ ਕਾਰਵਾਈਆਂ ਜਿਹੜੀਆਂ ਸ਼ਰਿਆਮ ਤਕਸਾਲ ਦੀ ਸੋਚ ਦੀਆਂ ਵਿਰੋਧੀ ਸੀ ਤਕਸਾਲ ਜਿਹਨੂੰ ਕਿ ਯੋਧਿਆਂ ਦੀ ਖਾਨੜ ਕਿਹਾ ਜਾਂਦਾ ਹੈਗਾ ਉਹਦੇ ਵਿੱਚ ਅਜਿਹੇ ਲੋਕ ਭਾਰੂ ਹੋ ਚੁੱਕੇ ਆ ਜਿਵੇਂ ਕਿ ਹੁਣ ਸ਼ਰਿਆਮ ਜਿਹੜੇ ਕਿ ਕਦੀ ਮੋਦੀ ਦੀ ਸਿਫਤ ਕਰਦੇ ਆ ਤੇ ਅੱਜ ਤੱਕ ਪ੍ਰੋਫੈਸਰ ਸਰਚਾਂ ਸਿੰਘ ਅਰਗੇ ਖੁੱਲ ਕੇ ਭਾਜਪਾ ਦੇ ਵਿੱਚ ਇਹ ਚਲੇ ਗਏ ਆ ਜਦੋਂ ਇਹਨਾਂ ਲੋਕਾਂ ਨੂੰ ਕਿਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮ ਕੋਈ ਮਾਰਚ ਹੁੰਦਾ ਆ ਜਾਂ ਕਿਤੇ ਬਿਆਦਬੀਆਂ ਹੁੰਦੀਆਂ ਆ ਜਾਂ ਕਿਤੇ ਪੰਜਾਬ ਦੇ ਵਿੱਚ ਨੌਜਵਾਨ ਝੂਠੇ ਮੁਕਾਬਲਿਆਂ ਵਿੱਚ ਮਾਰੇ ਜਾਂਦੇ ਆ ਜਾਂ ਵਸਾਏ ਜਾਂਦੇ ਆ ਉੱਥੇ ਬੋਲਣ ਲਈ ਕਿਹਾ ਜਾਂਦਾ ਤਾਂ ਬਿਲਕੁਲ ਚੁੱਪ ਹੋ ਜਾਂਦੇ ਆ ਤੇ ਹੁਣ ਸ਼ਰਿਆਵੇਂ ਇਹ ਗੱਲ ਬਾਹਰ ਆ ਚੁੱਕੀ ਆ ਹੋਰ ਵੀ ਗੱਲਾਂ ਗਾਹਾਂ ਜਿਹੜੀਆਂ ਬਾਹਰ ਆਉਣਗੀਆਂ ਲੋਕਾਂ ਨੂੰ ਸਮਝਣਾ ਚਾਹੀਦਾ ਸਿੱਖਾ ਅਨੁਕਾਸ਼ ਕਰਕੇ ਕਿ ਜਦੋਂ ਇਹ ਵਿਵਾਦ ਖੜੇ ਕੀਤੇ ਗਏ ਆ ਇੱਕ ਪਾਸੇ ਟਕਸ਼ਾਲੀ ਕਰ ਦੱਤੇ ਗਏ ਤੇ ਇੱਕ ਪਾਸੇ ਮਿਸ਼ਨਰੀ ਧੜੇ ਬਣਾ ਦਿੱਤੇ ਗਏ ਆਸ ਵਿੱਚ ਵਿਵਾਦ ਵਧਿਆ ਕਿ ਕਿਨਾਂ ਲੋਕਾਂ ਦਾ ਰੋਲ ਜ਼ਿਆਦਾ ਸੀਗਾ ਇਹਦਾ ਮਤਲਬ ਇਹ ਨਹੀਂ ਕਿ ਮਿਸ਼ਨਰੀਆਂ ਦੇ ਵਿੱਚ ਗਲਤ ਬੰਦੇ ਨਹੀਂ ਹੈਗੇ ਉਹਨਾਂ ਦੇ ਵਿੱਚ ਵੀ ਜਿਵੇਂ ਪ੍ਰੋਫੈਸਰ ਸਰਚਾਂਸਿੰਗਰ ਕੇ ਕਈ ਆ ਜਿਨ੍ਹਾਂ ਨੇ ਇਸ ਵਿਵਾਦ ਨੂੰ ਵਧਾਇਆ ਪੰਥ ਨੂੰ ਵੰਡਿਆ ਆਮ ਸਿੱਖਾਂ ਨੂੰ ਵੰਡਣ ਦੀ ਜਿਹੜੀ ਹੈ ਦੋ ਧੜਿਆਂ ਵਿੱਚ ਕੋਸ਼ਿਸ਼ ਕੀਤੀ ਆ ਭਾਜਪਾ ਦੇ ਵਿੱਚ ਅੱਜ ਹੋਰ ਲੋਕ ਵੀ ਸ਼ਾਮਲ ਹੋਏ ਆ ਇਹਨਾਂ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਹਲਕਾ ਫਤੇਕੜ ਸਾਹਿਬ ਤੋਂ ਸਾਬਕਾ ਵਿਧਾਇਕ ਦیدار ਸਿੰਘ ਭੱਟੀ ਦਾ ਨਾਂ ਲਿਆ ਜਾ ਸਕਦਾ ਉਹ ਅੱਜ ਭਾਜਪਾ ਚਲੇ ਗਏ ਆ ਇਹਦੇ ਨਾਲ ਹੀ ਛਤਰਾਣੇ ਤੋਂ ਕਾਂਗਰਸੀ ਐਮ ਐਲ ਏ ਜਿਹੜੇ ਸਾਬਕਾ ਆ ਤੇ ਐਸ ਸੀ ਕਮਿਸ਼ਨ ਪੰਜਾਬ ਦੇ ਮੌਜੂਦਾ ਮੈਂਬਰ ਨੇ ਸਤਵੰਤ ਸਿੰਘ ਮੋਹੀ ਉਹ ਚਲੇ ਗਏ ਉਹਨਾਂ ਦੇ ਪੁੱਤਰ ਸਤਵੰਤ ਸਿੰਘ ਮੋਹੀ ਚਲੇ ਗਏ ਆ ਤੇ ਵਿਧਾਨ ਸਭਾ ਹਲਕਾ ਪਾਇਲ ਤੋਂ ਸ਼੍ਰੋਮਣੀ ਕਾਲੀ ਦਲ ਦੇ ਸਾਬਕਾ ਮੰਤਰੀ ਈਸ਼ਰ ਸਿੰਘ ਮਿਹਰਬਾਨ ਉਹ ਵੀ ਭਾਜਪਾ ਚਲੇ ਗਏ ਆ ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਜੱਲਾ ਨੇ ਵੀ ਭਾਜਪਾ ਦਾ ਲੜ ਫੜ ਲਿਆ ਆ ਖੁੱਲ ਕੇ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਰਾਮਪਾਲ ਸਿੰਘ ਬੀਜਾ ਉਹ ਵੀ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਆ ਸੋ ਗੱਲ ਖੁੱਲ ਕੇ ਹੋ ਗਈ ਆ ਵੀ ਮੈਂ ਸੱਡੇ 'ਚ ਬੱਸਾਂ ਖੜੀਆਂ ਹੁੰਦੀਆਂ ਜਿਹੜੀ ਬੱਸ ਭਰ ਜਾਂਦੀ ਆ ਤਾ ਨਹੀਂ ਹੈਗਾ ਦੂਜਾ ਆਪਣਾ ਚੜਨ ਉਹ ਕਿਸੇ ਹੋਰ ਬੱਸ ਵਿੱਚ ਚੜ ਜਾਂਦਾ ਦੇਖਿਆ ਨਹੀਂ ਜਾਂਦਾ ਕਿ ਬੱਸ ਜਿਹੜੀ ਆ ਇਹਦੇ ਵਿੱਚ ਮੇਰਾ ਚੜਨਾ ਬਣਦਾ ਕਿ ਨਹੀਂ ਬਣਦਾ ਬਸ ਇੱਕ ਟੈਕਟ ਦੀ ਭੁੱਖ ਹੈ ਜਿੱਧਰੋਂ ਮਿਲਦੀ ਹੈ ਜੇ ਮਿਲਦੀ ਹੈ ਕੋਈ ਬੁਰਕੀ ਫੜ ਲਈ ਜਾਵੇ ਦਾਬਾ ਤਾਂ ਕਿ ਮੈਂ ਕਿਤੇ ਪਿੱਛੇ ਨਾ ਰਹਿ ਜਾਵਾਂ ਸੋ ਇੱਡੀ ਵੱਡੀ ਪੱਧਰ ਦੇ ਉੱਤੇ ਜਿਹੜਾ ਇਹ ਪਾਰਟੀਆਂ ਬਦਲੀਆਂ ਜਾ ਰਹੀਆਂ ਆ ਉਹੀ ਬੰਦੇ ਜਿਹਨੂੰ ਪਹਿਲਾਂ ਗਾਲਾਂ ਕੱਢਦੇ ਹੁੰਦੇ ਆ ਉਹ ਜਦੋਂ ਆਪਣੀ ਪਾਰਟੀ ਵਿੱਚ ਆ ਜਾਂਦਾ ਉਹਦੀਆਂ ਸਿਫਟਾਂ ਕੀਤੀਆਂ ਜਾਂਦੀਆਂ ਭਾਜਪਾ ਵੱਲੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵਿੱਚ ਵੀ ਸ਼ਰਧਾਂ ਬੰਦੇ ਵੜੇ ਜਾ ਰਹੇ ਆ ਇੱਕ ਦਿਨ ਪਹਿਲਾਂ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਇਆ ਜਲੰਧਰ ਦਾ ਸ਼ੀਤਲ ਅੰਗਰਾਲ ਜੋ ਕਿ ਭਾਜਪਾ ਦਾ ਆਗੂ ਆ ਉਹਨੂੰ ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਨੇ ਟਿਕਟ ਦੇ ਦਿੱਤੀ ਆ ਜਿਹੜੇ ਆਮ ਆਦਮੀ ਪਾਰਟੀ ਲਈ ਪੱਕਾ ਕੰਮ ਕਰਨ ਵਾਲੇ ਸੀ ਸ਼ਹਿਰ ਵਿੱਚ ਉਹ ਰੋ ਰਹੇ ਆ ਕਿ ਸਾਡੀ ਪੁੱਛਗਿੱਛ ਜਿਹੜੀ ਆ ਨਹੀਂ ਹੋਈ ਹਾਲਾਂਕਿ ਅੰਗਰਾਲ ਦੇ ਉੱਤੇ ਇੱਕ ਬੱਚਾ ਗਵਾਹ ਕਰਨ ਦਾ ਉਹਦੇ ਭਰਾ ਦੇ ਉੱਤੇ ਤੇ ਉਹਦੇ ਤੇ ਕਿਸੇ ਵੀ ਚੱਲ ਰਿਹਾ ਮੁਕੱਦਮਾ ਚੱਲ ਰਿਹਾ ਆ ਸੋ ਆਮ ਆਦਮੀ ਪਾਰਟੀ ਦੇ ਕਾਰਕੁਨ ਜਿਹੜੇ ਆ ਉਹ ਰੋ ਰਹੇ ਆ ਵੇ ਸਾਡੀ ਫੇਰਾਂ ਦੇਖੀ ਹੋਈ ਆ ਟ੍ਰੈਕਟਰਾਂ ਵੇਚੀਆਂ ਜਾ ਰਹੀਆਂ ਆ ਕੇਜਰੀਆ ਵਾਲ ਨੇ ਸਾਨੂੰ ਖੁੰਝੇ ਲਾ ਦਿੱਤਾ ਆ ਦੂਜੇ ਪਾਸੇ ਕੇਜਰੀਆ ਵਾਲ ਸ਼ਰਿਆਮੇ ਬਿਆਨ ਦੇ ਰਿਹਾ ਕਿ ਸਬੂਤ ਅੱਗੇ ਲੈ ਕੇ ਆਓ ਵੀ ਜੇ ਮੈਂ ਕੋਈ ਟ੍ਰੈਕਟਰ ਵੇਚੀ ਆ ਤੇ ਇਹ ਸਭ ਝੂਠੇ ਇਲਜ਼ਾਮ ਲਾਏ ਜਾ ਰਹੇ ਆ ਉਹਨਾਂ ਦੀ ਪਾਰਟੀ ਦੇ ਕਾਰਕੁਨ ਕਹਿੰਦੇ ਵੀ ਸਬੂਤ ਸਾਡੇ ਕੋਲ ਹੈਗੇ ਆ ਦੱਸੋ ਕਿੱਥੇ ਦਈਏ ਤੁਹਾਨੂੰ ਆ ਕੇ ਦੇਖੋ ਸਾਡੇ ਕੋਲ ਤੁਹਾਨੂੰ ਮਿਲਦੇ ਤਾਂ ਆਏ ਨਹੀਂਗੇ ਇਸ ਸਬੂਤਾਂ ਨੂੰ ਕਿੱਥੇ ਦੇ ਦਈਏ ਕਹੀ ਜਾ ਰਹੇ ਸਬੂਤ ਦੇ ਦਿਓ ਸਬੂਤ ਦੇ ਦਿਓ ਜੇ ਅਸੀਂ ਸਬੂਤ ਦੇਣਾ ਚਾਹੁੰਦੇ ਆ ਉਦੋਂ ਕੋਈ ਲੈ ਆ ਨਹੀਂ ਰਿਹਾ ਇਸ ਗੱਲ ਦਾ ਕੀ ਜਵਾਬ ਹੈ ਕਿ ਜਿਹੜਾ ਇੱਕ ਦਿਨ ਪਹਿਲਾਂ ਬੰਦਾ ਭਾਜਪਾ ਦੇ ਵਿੱਚ ਸੀਗਾ ਦੂਜੇ ਦਿਨ ਉਹ ਆਮ ਆਦਮੀ ਪਾਰਟੀ ਵਿੱਚ ਆਉਂਦਾ ਉਹਨੇ ਪਾਰਟੀ ਲਈ ਕੁਝ ਵੀ ਨਹੀਂ ਕੀਤਾ ਕਦੀ ਵੀ ਨਹੀਂ ਕੀਤਾ ਤੇ ਉਹਨੂੰ ਫਿਰ ਪਾਰਟੀ ਟਿਕਟ ਜਿਹੜੀ ਦੇ ਦਿੱਤੀ ਜਾਂਦੀ ਆ ਇਸ ਤੋਂ ਵੱਡਾ ਸਬੂਤ ਹੋਰ ਕੀ ਆ ਕਿ ਜਿਹੜੇ ਵਰਕਰ ਆ ਉਹਨਾਂ ਦੀ ਰਣ ਦੇਖੀ ਹੋ ਰਹੀ ਆ ਸੋ ਜਿਸ ਢੰਗ ਦੇ ਨਾਲ केजीएल ਹੁਣੇ ਪੰਜਾਬ ਦੇ ਵਿੱਚ ਟਿਕਟਾਂ ਦੀ ਸੇਲ ਲਾ ਰੱਖੀ ਆ ਉਹਦੇ ਨਾਲ ਉਹਨਾਂ ਦਾ ਉਹ ਹੋਕਾ ਕਿ ਅਸੀਂ ਵੱਖਰੀ ਤਰ੍ਹਾਂ ਦੀ ਸਿਆਸਤ ਕਰਨ ਆਏ ਆ ਇਹ ਵੀ ਲੀਰੋ ਲੀਰ ਹੋ ਗਿਆ ਪ੍ਰਤੀਕ ਹੁੰਦਾ ਆ ਤੇ ਇਹ ਵੀ ਗੱਲ ਸੋਚਣ ਵਾਲੀ ਆ ਕਿ ਜਿਹੜੇ ਅੱਜ ਟਿਕਟਾਂ ਵੇਚ ਰਹੇ ਆ ਉਹ ਕੱਲ ਨੂੰ ਫੇਰ ਪੰਜਾਬ ਕਿਉਂ ਨਾ ਵੇਚਣਗੇ ਇਹ ਗੱਲ ਬੜੀ ਸੋਚਣ ਵਾਲੀ ਆ ਇਹਦੇ ਨਾਲ ਹੀ ਗੱਲ ਕਰੀਏ ਕਿਸਾਨਾਂ ਦੀ ਤਾਂ ਕਿਸਾਨ ਆਗੂਆਂ ਨੇ ਵੀ ਆਪਣਾ ਜਿਹੜਾ ਆ ਮੋਰਚੇ ਦੀਆਂ ਪਹਿਲੀਆਂ 10 ਸੀਟਾਂ ਲਾਂਨ ਦਿੱਤੀਆਂ 10 ਮੀਤਵਾਰ ਜਿਹੜੇ ਲਾਂਨ ਦਿੱਤੇ ਗਏ ਆ ਰਾਜਵਾਲ ਸਾਹਿਬ ਕਹਿੰਦੇ ਵੀ ਮੈਂ ਕੇਜਰੀ ਆਲੋਂ ਤੇ ਮਗਰ ਕਈ ਕੀੜੇ ਕੱਢਦਾ ਰਿਆਂ ਜਦੋਂ ਖੇਹਲੀ ਮੀਟਿੰਗ ਹੋਈ ਆ ਤਾਂ ਮੈਨੂੰ ਇਹ ਕਿਹਾ ਗਿਆ ਕਿ ਤੁਸੀਂ 10-12 ਸੀਟਾਂ ਜਿਹੜੀਆਂ ਲੈਣੀਆਂ ਆ ਉਹ ਲੈ ਲਓ ਜਿਨ੍ਹਾਂ ਨੂੰ ਬਾਕੀ ਅਸੀਂ ਟਿਕਟਾਂ ਦਿੱਤੀਆਂ ਆ ਉਹ ਵੀ ਤਾਂ ਕਿਸਾਨਾਂ ਦੇ بیٹے ਆ ਤੁਸੀਂ ਉਹਨਾਂ ਦਾ ਧੱਕਾ ਕਿਉਂ ਕਰਦੇ ਆ ਸੋ ਪੂਰਾ ਕਿਸਾਨ ਮੋਰਚਾ ਦਾ ਜਹੋ ਜਲਾਲ ਜਿਹੜਾ ਰਾਜੇਵਾਲ ਹੁਣੇ ਝੋਲੇ ਚ ਪਾ ਕੇ ਕੇਜਰੀਵਾਲ ਦੇ ਮਗਰ ਤੁਰੇ ਫਿਰਦੇ ਸੀਗੇ ਉਹ 10-12 ਟਿਕਟਾਂ ਤੱਕ ਹੀ ਸੀਮਤ ਕਰ ਦਿੱਤਾ ਗਿਆ ਜ਼ਲੀਲ ਹੋਏ ਜਿਹੜੇ ਰਾਜੇਵਾਲ ਹੁਣੇ ਆ ਵਾਪਸ ਪਰਤ ਆਏ ਆ ਵਾਪਸ ਪਰਤ ਕੇ ਆਪਣੇ ਕੁਝ ਸਾਥੀਆਂ ਦੇ ਨਾਲ ਇਕਾ ਕਰ ਲਿਆ ਆ ਕੁਝ ਜਿਹੜੇ ਕਹਿੰਦੇ ਬਈ ਚੋਣਾ ਨਹੀਂ ਲੜਨੀਆਂ ਹੁਣ ਸਯੁਕਤ ਸਮਾਜ ਮੋਰਚਾ ਵੱਲੋਂ 10 ਸੀਟਾਂ ਜਿਹੜੀਆਂ ਆ ਉਹ ਾਲਾਨੀਆਂ ਗਈਆਂ ਜਿਹਨਾਂ ਵਿੱਚ ਬਲਵੀ ਸਿੰਘ ਰਾਜੀ ਵਾਲ ਨੇ ਸਮਰਾਲਿਆਂ ਤੋਂ ਉਨਡੜਨੀ ਆ ਰਵਨੀਤ ਸਿੰਘ ਬਰਾੜ ਮਹਾੜੀ ਤੋਂ ਪ੍ਰੇਮ ਸਿੰਘ ਪੰਗੂ ਐਡਵੋਕੇਟ ਕਨੌਰ ਤੋਂ ਹਰਜਿੰਦਰ ਸਿੰਘ ਤੜਨਾ ਖਰੂਰ ਸਾਹਿਬ ਤੋਂ ਸੁਖਮਨ ਦੀਪ ਸਿੰਘ ਢਿੱਲੋਂ ਨੂੰ ਤਰਨਤਾਰਨ ਤੋਂ ਟੈਡ ਦਿੱਤੀ ਗਈ ਆ ਰਜੇਸ਼ ਕੁਮਾਰ ਕਰਤਾਰਪੁਰ ਤੋਂ ਰਮਨਦੀਪ ਸਿੰਘ ਜੈਤੋਂ ਤੋਂ ਅਜੇ ਕੁਮਾਰ ਫਲੋਰ ਤੋਂ ਬਲਰਾਜ ਸਿੰਘ ਠਾਕੁਰ ਕਾਦੀਆਂ ਤੋਂ ਤੇ ਨਵਦੀਪ ਸਿੰਘ ਸੰਘਾ ਮੋਗਾ ਤੋਂ ਇਹਨਾਂ ਨੂੰ ਕਿਸਾਨ ਆਗੂਆਂ ਨੇ ਟਿਕਟਾਂ ਦਿੱਤੀਆਂ ਹੁਣ ਇੱਥੇ ਵੀ ਗੱਲ ਜਿਹੜੀ ਆ ਤਰਾ ਸ਼ੁਰੂ ਹੋ ਗਿਆ ਆ ਇਹਨਾਂ ਵਿੱਚ ਕਈ ਤਾਂ ਕਿਸਾਨ ਹੀ ਹਨੀਗੇ ਉਹ ਕਹਿੰਦੇ ਵੀ ਇਹਨਾਂ ਨੇ ਕੋਈ ਯੋਗਦਾਨ ਨਹੀਂ ਪਾਇਆ ਤੇ ਇਹ ਵੀ ਆਮ ਆਦਮੀ ਪਾਰਟੀ ਵਿੱਚੋਂ ਕੁਝ ਬੰਦੇ ਆਏ ਆ ਕੁਝ ਕਾਲੀਆਂਥਾ ਕੁਝ ਭਾਜਪਾ ਦੇ ਵਿੱਚੋਂ ਟਿਕਟਾਂ ਉਹਨਾਂ ਨੂੰ ਵੰਡ ਦਿੱਤੀਆਂ ਕਈਆਂ ਜਿਹੜੇ ਮੋਰਚੇ ਦੇ ਬੈਠੇ ਰਹੇ ਆ ਇਹਨਾਂ ਦੇ ਨਾਲ ਉਹਨਾਂ ਨੂੰ ਕੁਝ ਨਹੀਂ ਮਿਲਿਆ ਇਸੇ ਤਰ੍ਹਾਂ ਦਾ ਦੋਹ ਜਿਹੜਾ ਚੜੋਨੀ ਸਾਹਿਬ ਲਾ ਰਹੇ ਆ ਹਰਿਆਣੇ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਚੜੋਨੀ ਜਿਹਨੇ ਪਹਿਲੇ ਐਲਾਨ ਕੀਤਾ ਹੋਇਆ ਸੀ ਕਿ ਅਸੀਂ ਚੋਣਾਂ ਲੜਨੀਆਂ ਰਾਜੇਵਾਲ ਸਾਹਿਬ ਦੀ ਵਿਰੋਧਤਾ ਉਹਨੂੰ ਮੁਤਲ ਕਰਨ ਦੀਆਂ ਗੱਲਾਂ ਕਰਦੇ ਹੁੰਦੇ ਸੀਗੇ ਮੁੜ ਕੇ ਆਪ ਚੋਣਾਂ ਹੁਣ ਲੜਨ ਲੱਗੇ ਆ ਫਿਰ ਏਕਾ ਹੋ ਗਿਆ ਕੱਲ ਪਰਸੋ ਕਦੇ ਵੀ ਰਲ ਕੇ ਚੋਣਾਂ ਲੜਨੀਆਂ ਹੁਣ ਚਲੂਨੀ ਸਾਹਿਬ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਉਹ ਕਹਿੰਦੇ ਵੀ ਸਾਡੇ ਨਾਲ ਗੱਲ ਇਹ ਹੋਈ ਸੀ ਕਿ 25 ਸੀਟਾਂ ਸਾਨੂੰ ਦੇਵਾਂਗੇ ਕਹਿੰਦੇ ਫਿਰ 9 ਦੇ ਉੱਤੇ ਆ ਕੇ ਵੀ ਹਰਿਆਣੇ ਵਾਲਿਆਂ ਨੂੰ 9 ਸੀਟਾਂ ਦੇਣੀਆਂ ਕਹਿੰਦੇ ਹੁਣ ਸਾਡੇ ਨਾਲ ਸਿੱਧੇ ਉਹ ਗੱਲੇ ਨਹੀਂ ਕੀਤੀ ਜਾ ਰਹੀ ਤੇ ਜੇ ਇਹੀ ਗੱਲਬਾਤ रही ਤਾਂ ਮਜਬੂਰੀ ਵਾਸਤੇ ਸਾਨੂੰ ਅੱਡ ਉਮੀਦਵਾਰ ਖੜੇ ਕਰਨੇ ਪੈਣਗੇ ਸੰਯੁਕਤ ਸਮਾਜ ਮੋਰਚੇ ਵਿੱਚੋਂ ਬਾਹਰ ਹੋਣਾ ਪਊਗਾ ਸੋ ਪਹਿਲਾਂ ਜਿਹੜਾ ਕਿਸਾਨ ਮੋਰਚਾ ਦੋ ਫਾੜ ਹੋ ਚੁੱਕਾ ਆ ਇੱਕ ਚੋਣਾ ਲੜਨ ਵਾਲੇ ਇੱਕ ਚੋਣਾ ਨਾ ਲੜਨ ਵਾਲੇ ਹੁਣ ਗਰਨਾਮਸ਼ਣੀ ਛਡੋਣੀ ਹਣੀ ਵੀ ਕਹਿੰਦੇ ਸਾਡੇ ਨਾਲ ਕੁਛ ਉਹੀ ਕੁਛ ਕੀਤਾ ਜਾ ਰਿਹਾ ਰਾਜੇ ਵਾਲੇ ਵੱਲੋਂ ਜੋ ਕੇਜਰੀ ਵਾਲ ਨੇ ਰਾਜੇ ਵਾਲਾ ਕੀਤਾ ਹੈ ਜੀ ਅਖੀਰ ਕੀਤੇ ਵਿੱਚ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਦੀ ਪੀਜਾ ਕਾਂਗਰਸ ਪਾਰਟੀ ਵੱਲੋਂ ਪੰਜਾਬ ਦਾ ਮੁੱਖ ਮੰਤਰੀ ਕੌਣ ਹੋਣਾ ਆਮ ਆਦਮੀ ਪਾਰਟੀ ਦੇ ਵਿੱਚ ਇਹ ਹਜੇ ਕਿਸਮਾਨ ਚੱਲਦੇ ਹੁੰਦਾ ਭਗਵੰਤ ਮਾਨ ਦੇ ਨੰਬਰ ਸਭ ਤੋਂ ਉੱਪਰ ਹੈ ਕਈ ਦਿਨਾਂ ਦੀ ਚਰਚਾ ਚੱਲ ਰਹੀ ਹੈ ਕਿ ਉਹ ਮੁੱਖ ਮੰਤਰੀ ਹੋ ਸਕਦੇ ਆ ਪਰ ਕੇਜਰੀਵਾਲ ਐਲਾਨ ਨਹੀਂ ਰਿਹਾ ਕਾਂਗਰਸ ਵੱਲੋਂ ਕੌਣ ਮੁੱਖ ਮੰਤਰੀ ਬਣੂਗਾ ਇਸ ਗੱਲ ਦੀ ਜਿਹੜੀ ਚਰਚਾ ਵੀ ਜ਼ੋਰਾਂ ਦੇ ਉੱਤੇ ਆ ਕਿਉਂਕਿ ਕਈ ਜਿਹੜੇ ਆ ਦਾਵੇਦਾਰ ਆ ਤੀਜੇ ਨੰਬਰ ਦੇ ਦਾਵੇਦਾਰ ਜੱਖੜਿਆ ਦੂਜੇ ਨੰਬਰ ਦੇ ਉੱਤੇ ਨਵਜੋਤ ਸਿੰਘ ਆ ਪਹਿਲੇ ਉੱਤੇ ਮੌਜੂਦਾ ਮੁੱਖ ਮੰਤਰੀ ਰਹੇ ਚਾਂਦੀ ਸਿੰਘ ਚੰਨੀ ਆ ਅਸ ਗਾ ਅਕਸਰ ਕਾਂਗਰਸ ਵਿੱਚ ਰਿਵਾਜ ਰਿਹਾ ਪਹਿਲਾਂ ਕਿ ਪਹਿਲਾਂ ਚੋਣਾਂ ਕਰਾਈਆਂ ਜਾਂਦੀਆਂ ਸੀਗੀਆਂ ਉਸ ਤੋਂ ਬਾਅਦ ਜਿਹੜੇ ਜਿੱਤ ਜਾਂਦੇ ਸੀ ਉਹਨਾਂ ਵਿੱਚੋਂ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਸੀ ਪਰ ਕੈਪਟਨ ਮਨਿੰਦਰ ਸਿੰਘ ਦੀ ਟਰਮ ਦੇ ਵਿੱਚ ਇਦਾਂ ਹੁੰਦਾ ਰਿਹਾ ਕਿ ਉਹ ਆਪਣੇ ਪਹਿਲਾਂ ਮੁੱਖ ਮੰਤਰੀ ਐਲਾਨ ਹੋ ਕੇ ਫਿਰ ਚੋਣਾਂ ਲੜਦੇ ਹੁੰਦੇ ਸੀ ਅਕਾਲੀ ਦਲ ਬਾਦਲ ਦੇ ਵਿੱਚ ਪ੍ਰੋਬਲਮ ਹੀ ਕਦੀ ਨਹੀਂ ਆਈ ਕਿਉਂਕਿ ਬਾਦਲ ਪਰਿਵਾਰ ਨੇ ਡਿਸਾਈਡ ਕਰਨਾ ਹੁੰਦਾ ਸੀਗਾ ਕਿ ਵੱਡੇ ਬਾਦਲ ਨੇ ਮੁੱਖ ਮੰਤਰੀ ਬਣਨਾ ਹੈ ਸੁਖਵੀਰ ਬਾਦਲ ਹੋਣਾ ਤੱਕ ਨੂੰ ਵੀ ਹੱਲੇ ਮੁੱਖ ਮੰਤਰੀ ਦਾ ਅਹੁਦਾ ਨਹੀਂ ਦਿੱਤਾ ਗਿਆ ਸੀਗਾ ਸੋ ਹੁਣ ਅ ਨਵਜੋਤ ਸਿੱਧੂ ਵੀ ਇਹ ਗੱਲ ਚੈੱਕ ਕਰ ਰਿਹਾ ਹੈ ਤੇ ਚਾਨਣ ਸਿੰਘ ਚੰਨੀ ਵੀ ਚੈੱਕ ਰਿਹਾ ਹੈ ਹਾਈ ਕਮਾਂਡ ਅੱਗੇ ਕਿ ਸਾਨੂੰ ਪਹਿਲਾਂ ਦੱਸਿਆ ਜਾਵੇ ਤੇ ਸਾਡੀ ਤਾਂ ਮੁੱਖ ਮੰਤਰੀ ਕੌਣ ਹੋਣਾ ਉਸ ਹਿਸਾਬ ਨਾਲ ਜ਼ੋਰ ਲਾਇਆ ਜਾਊਗਾ ਫਿਰ ਪਰ ਹਾਈ ਕਮਾਂਡ ਵੀ ਇਹਨਾਂ ਤੋਂ ਉੱਪਰ ਆ ਉਹ ਵੀ ਇਹ ਚਾਹੁੰਦੀ ਨਹੀਂ ਕਿ ਮੁੱਖ ਮੰਤਰੀ ਦਾ ਅਹੁਦਾ ਜਿਹੜਾ ਪਹਿਲਾਂ ਐਲਾਨਿਆ ਜਾਵੇ ਕਿਉਂਕਿ ਜਿਹਨੂੰ ਐਲਾਨ ਦਿੱਤਾ ਦੂਜੇ ਨੇ ਫਿਰ ਉਸਕੇ ਘਰ ਬਹਿ ਜਾਣਾ ਆ ਤੇ ਪਾਰਟੀ ਚੋਣਾਂ ਵਿੱਚ ਹਾਰ ਸਕਦੀ ਆ ਪਰ ਦੋਵੇਂ ਜਾਣੇ ਇਸ ਗੱਲ ਵਾਸਤੇ ਜ਼ੋਰ ਲਾ ਰਹੇ ਨਵਜੋਤ ਸਿੱਧੂ ਵੀ ਤੇ ਚੰਨੀ ਚੰਨੀ ਵੀ ਕਿ ਪਹਿਲਾਂ ਪਤਾ ਹੋਵੇ ਮੁੱਖ ਮੰਤਰੀ ਕਿਹਨੇ ਬਣਨਾ ਕਹਿੰਦੇ ਜੱਟ ਦਾ ਰਾਹ ਜਿਹੜਾ ਆ ਉਹ ਜਲਦੀ ਤੇ ਲੋਕਾਂ ਨੂੰ ਪਤਾ ਵੀ ਹੋਊਗਾ ਵੀ ਕਿਹੜੇ ਬੰਦੇ ਨੇ ਮੁੱਖ ਮੰਤਰੀ ਬਣਨਾ ਫਿਰ ਉਸ ਉਤਸ਼ਾਹ ਦੇ ਨਾਲ ਉਹ ਵੋਟਾਂ ਪਾਉਣਗੇ ਸੋ ਗੱਲ ਕੁਰਸੀ ਦੀ ਹੈ ਜੀ ਵੀ ਜਿਹਦੇ ਹੱਥ ਆਉਂਦੀ ਆ ਉਹ ਛੱਡਦਾ ਨਹੀਂ ਹੈਗਾ ਕੁਰਸੀ ਦੇ ਪਾਵਿਆਂ ਨੂੰ ਹੱਥ ਪਾਉਣ ਦੇ ਵਾਸਤੇ ਪੰਜਾਬ ਦੇ ਸਾਰੇ ਹੀ ਲੋਕ ਇਹਨਾਂ 'ਚ ਮਾੜਾ ਮੋਟਾ ਸਿਆਸੀ ਕੀੜਾ ਹੈਗਾ ਭੱਜੇ ਫਿਰਦੇ ਆ ਕੋਈ ਉਸੂਲ ਨਹੀਂ ਕੋਈ ਸਿਧਾਂਤ ਨਹੀਂ ਜਿੱਥੇ ਟਿਕਟ ਮਿਲਣ ਦਾ ਜਿਹੜੀ ਕਿ ਆਸ ਮਿਲਦੀ ਆ ਜਾਂ ਕੁਝ ਹੋਰ ਮਿਲਣ ਦੀ ਆਸ ਹੁੰਦੀ ਆ ਉਧਰ ਨੂੰ ਸਾਰੇ ਭੱਜ ਰਹੇ ਆ ਜੀ ਤੇ ਜਿਹੜੇ ਸਿਧਾਂਤ ਨੈਤਿਕਤਾ ਇਹ ਸਾਰੀਆਂ ਗੱਲਾਂ ਖੰਭ ਲਾ ਕੇ ਉੜ ਚੁੱਕੀਆਂ ਆ ਇਥੇ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਆਗਿਆ ਬਖਸ਼ੋ ਕੱਲ ਨੂੰ ਹੋਰ ਗੱਲਬਾਤ ਹੋਰ ਜਾਣਕਾਰੀ ਲੈ ਕੇ ਤੁਹਾਡੀ ਸੇਵਾ 'ਚ ਮੋੜਾ ਹਾਜ਼ਰ ਹੋਵਾਂਗੇ ਜੀ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ